ਥੋੜੀ ਬਹੁਤੀ ਪੈਸਿਆਂ ਦੀ ਮਦਦ ਵੀ ਕਰ ਆਈ ਸੀ। ਅੱਛਾ ਭੈਣੇ, ਚੱਲ ਤੇਰਾ ਬਹੁਤ ਬਹੁਤ ਧੰਨਵਾਦ। 50,000 ਮੈਨੂੰ ਦੇਣ ਨੂੰ ਤਿਆਰ ਸੀ ਬੀਬੀ, ਮੇਰੀ ਨੀ ਮੰਨਦੀ ਜੁੱਤੀ, ਮੇਰੇ ਤੇ ਜੁੱਤੀ ਦੇ ਯਾਦ ਨਹੀਂ ਆਇਓ ਜੋ 50,000। ਓਹੋ ਕਿਵੇਂ ਤਪਾ ਤਪਾ ਹੋ ਗਿਆ, ਲੈ ਕਿੱਧਰ ਗਿਆ ਸੀ ਵੇ, ਕੀ ਕਤੂਤ ਕੀਤੀ ਅੱਜ ਤੋਂ ਜਹੀ। ਅੱਛਾ ਮਹਾਰਾਣੀ ਚਾਹ ਦਾ ਗਲਾਸ ਭਰੀ ਬੈਠੀ ਆ, ਇਹਨੂੰ ਤਾਂ ਮੈਂ ਪਿਉਂਦੀ ਆ, ਵੱਡੀ ਆ ਗਈ ਪਟਰਾਣੀ। ਫੜਾਵੇ ਗੱਲ ਸੁਣ, ਚਾਹ ਬਣਾ ਲੈਣੀ ਆ, ਦੁੱਧ ਚ ਪੱਤੀ ਪਾ ਲੈਣੀ ਆ, ਡੋਲ ਦਿੰਨੀ ਆ, ਤੇਰੀ ਮਰਜ਼ੀ ਚੱਲੂਗੀ। ਮੱਝ ਤੇਰੇ ਪਿਓ ਨੇ ਲੈ ਕੇ ਬੰਨੀ ਸੀ ਨਾ, ਪੈ ਗਈ ਤੇਰੇ ਕਾਲ ਦੇ ਠੰਡ ਆ। ਹੈ ਕਦੇ ਬਾਪੂ ਨੇ ਹੱਥ ਨਹੀਂ ਚੱਕਿਆ ਸੀਗਾ ਮੇਰੇ ਤੇ, ਤੇਰੀ ਵਜ੍ਹਾ ਕਰਕੇ ਅੱਜ ਮਾਰਿਆ ਉਹਨੇ ਮੈਨੂੰ। ਹੇ ਸੱਚੇ ਪਾਤਸ਼ਾਹ, ਤੂੰ ਕੀ ਨਹੀਂ ਕਰ ਸਕਦਾ, ਤੇਰੇ ਘਰੇ ਕਾਹਦਾ ਘੱਟ ਹੈ, ਮੇਰੇ ਘਰ 'ਤੇ ਹੀ ਮਿਹਰ ਕਰ ਸੱਚੇ ਪਾਤਸ਼ਾਹ, ਮੇਰੇ ਘਰ 'ਤੇ ਹੀ ਮਿਹਰ ਕਰ। ਲੈ ਬਾਪੂ ਜੀ ਆ ਗਏ। ਬਾਪੂ ਜੀ ਉਹ ਬੱਲੇ ਬੱਲੇ ਮੇਰੇ ਪੁੱਤ ਆ ਗਏ। ਹਾਂਜੀ ਸਤਿ ਸ਼੍ਰੀ ਅਕਾਲ। ਕੀ ਹੋ ਗਿਆ ਪੁੱਤੋ, ਕਿਉਂ ਰੋਣ ਲੱਗੀ ਹੁਣ? ਸਰ ਘਰੇ ਸਾਰੇ ਠੀਕ ਠਾਕ ਹੈ? ਹਾਂਜੀ ਬਾਪੂ ਜੀ, ਘਰੇ ਤਾਂ ਸਾਰੇ ਠੀਕ ਨੇਗੇ। ਕੀ ਹੋ ਗਿਆ ਪੁੱਤਾ, ਕਾਹ ਤੋਂ ਰੋਈ ਇੰਨੀ? ਫਿਰ ਹੋਣਾ ਕੀ ਹੈ ਬਾਪੂ ਜੀ, ਮੇਰੇ ਪੇਕਿਆਂ ਨੇ 1500 ਰੁਪਇਆ ਸ਼ਗਨ ਦਾ ਦਿੱਤਾ ਸੀ, ਉਹ ਵੀ ਇਹਨਾਂ ਨੇ ਅੱਜ ਪਾੜਤਾ। ਹੈ ਕੰਜਰਾ, ਉਹ ਹੈ ਕੰਜਰ, ਹੁਣ ਇਹ ਕੰਮ ਕਰਨ ਲੱਗ ਗਿਆ, ਉਹਨੂੰ ਪੈਸੇ ਦੀ ਕੀ ਕਦਰ ਹੈ? ਪੈਸਾ ਜੇ ਬਣਾਇਆ ਹੋਊਗਾ ਤਾਂ ਹੀ ਹੈ ਨਾ, ਕੰਮ ਤਾਂ ਕਰਦਾ ਨਹੀਂ ਭੋਰਾ। ਚੰਗੇ ਪਾ ਲੈਂਦਾ ਬੂਟ, ਚੰਗੇ ਪਾ ਲੈਂਦਾ ਕੱਪੜੇ, ਬਣਾਇਆ ਬਣਾਇਆ ਕਸੂ ਮਿਲ ਗਿਆ ਸਾਰਿਆਂ ਨੂੰ, ਹੱਡ ਮੇਰੇ ਕਾਲੇ ਹੋ ਗਏ ਖੇਤ 'ਚ, ਕਿੱਥੇ ਉਹਦੇ ਨਾਲ ਕਰਦਾ ਮੈਂ ਗੱਲ। ਆਖ ਮੈਂ ਪਿਛੜਿਆ ਜਾਂ ਦਾ, ਪਹਿਲਾਂ ਨੂੰ ਪਾਣੀ ਫੜਾ ਦਾ, ਠੰਡਾ ਕਰ। ਸ਼ਰਮ ਲਾ ਹੱਡੀ, ਮੈਂ ਸ਼ਰਮ ਸਾਰੇ ਟੱਬਰ ਨੇ ਸ਼ਰਮ। ਓਹੋ ਕਿਵੇਂ ਤਪੇ ਤਪਾਏ ਹੋ ਗਏ, ਲੈ ਜਿੱਕੀ ਚੰਚਲੇ ਜੇ ਨੇ ਰੋਜ। ਓਹੋ ਕਾਹਨੂੰ ਗੁੱਸੇ ਹੁੰਦੇ ਹੋ, ਪਾਣੀ ਦੀ ਘੁੱਟ ਪੀਂਦੇ ਆ, ਕੁਛ ਦਿਮਾਗ ਠੰਡਾ ਹੁੰਦਾ, ਬਾਹਰੋਂ ਤਪਿਆ ਤਪਾਇਆ ਉਹਨੇ, ਘਰੇ ਆ ਕੇ ਸ਼ੋਰ ਮਚਾ ਲਿਆ। ਓਏ ਤੁਸੀਂ ਬੰਦੇ ਬਣ ਜਾਓ, ਮੈਂ ਤੁਹਾਨੂੰ ਮਾਰਨੂੰ ਕਦੇ ਨੂੰ। ਉਹ ਤੁਸੀਂ ਉਹਦਾ ਬਹੂ ਨਾਲ ਕੀ ਕਰਿਆ? ਕੀ ਕਰਿਆ ਮੈਨੂੰ ਤਾਂ ਪਤਾ ਹੀ ਨਹੀਂ, ਉਹਨੇ ਸ਼ੋਰ ਦੇ ਨਾਲ 1500 ਰੁਪਏ ਪਾੜਤਾ ਬਹੂ ਦਾ, ਤੈਨੂੰ ਪਤਾ ਨਹੀਂ ਹੈ ਤੂੰ ਕਿੱਥੇ ਸੀ? ਅੱਛਾ ਮੈਂ ਤਾਂ ਅੰਦਰ ਬੈਠੀ ਸੀ, ਮੈਨੂੰ ਕੀ ਪਤਾ ਕੀ ਕਰੀ ਜਾਂਦੇ ਆ ਬਾਹਰ ਇਹ। ਓਏ ਮੈਂ ਇਹਨਾਂ ਦੇ ਕੰਮ 'ਚ ਕਿਉਂ ਫਸੂੰਗੀ? ਕੰਮ 'ਚ ਕਾਹਨੂੰ ਫਸਦੇ, ਜਿੰਨੇ ਕੰਮ ਕਰਦੇ ਤੂੰ ਕਰਦੀ ਹੈ ਇਹ। ਗਰਮ ਨਾ ਹੋ, ਮੇਰੀ ਗੱਲ ਸੁਣ ਲੈ, ਠੰਡੇ ਮਤੇ ਨਾਲ ਗੱਲ ਕਰਿਆ ਕਰ। ਕੀ ਠੰਡੇ ਮਤੇ ਨਾਲ ਕਰਾਂ? ਲੈ ਉਹੀ ਗੁੱਸੇ ਨਾ ਹੋਇਆ ਕਰ। ਉਹ ਮੇਰੀ ਗੱਲ ਸੁਣ ਤੂੰ, ਮੈਂ ਹੁਣ ਅੱਕਿਆ ਫਿਰਦਾ, ਮੈਂ ਚੱਕ ਕੇ ਜ਼ਮੀਨ ਸਾਰੀ ਲਵਾਉਂਗੇ ਨਾਲ, ਹੁਣ ਤੁਸੀਂ ਭੌਂਕਦੇ ਫਿਰੋਗੇ ਇੱਥੇ। ਓਹੋ ਜਵਾਕ ਕਿੱਧਰ ਜਾਊਗਾ? ਜਵਾਕਾਂ ਦਾ ਮੈਨੂੰ ਕੋਈ ਠੇਕਾ ਨਹੀਂ ਲੱਗਾ, ਉਹਨੂੰ ਤੁਸੀਂ ਸਾਰੇ ਟੱਪਣੇ ਤਪਾ ਛੱਡਿਆ ਜਮਾ। ਅਗਲੀ ਦਾ ਕੀ ਪਤਾ, ਜ਼ਮੀਨ ਨਾ ਲਵਾ ਕੇ ਦੋ ਮਾਰੂ ਲੱਤਾਂ। ਲੱਤਾਂ ਮਾਰਨ ਦੇ, ਮੈਂ ਤਾਂ ਉਹਦੇ ਨਾਲ ਹੀ ਪਾਉ ਜੂਗਾ। ਮੈਂ ਤਾਂ ਮੇਰੀ ਗੱਲ ਸੁਣ, ਸਾਡੇ ਬਣੀ ਨਾ ਦੇਖੋ, ਆਪਦੇ ਬਣੀ ਦੇਖ, ਤੇਰਾ ਬੜੇ ਪਰ ਰੁੱਜੂ। ਰੁੱਲ ਜਾਣ ਦੇ ਮੇਰਾ ਬੜੇ ਪਾ, ਮੇਰਾ ਜਿਹੋ ਜਿਹਾ ਤੂੰ ਰੋਲੀ ਜਾਨੀ ਹੁਣ ਤੂੰ। ਦੇ ਉਹਦੇ ਜਵਾਕ ਨਹੀਂ ਚੱਲਦਾ, ਤੂੰ ਜ਼ਮੀਨ ਨਾਲ ਵੜ ਨੂੰ ਫਿਰਦਾ ਉਹਨੂੰ। ਉਹ ਮੈਂ ਤੇਰੀ ਇੱਕ ਘੋਪਣਾ ਜਾਣ ਕਰ ਦੂੰ ਮਾਰ ਕੇ, ਕਿੱਥੇ ਮੁੰਡਾ ਜਿਹਾ। ਓਹੋ ਮੇਰੇ ਤਾਂ ਸਿਰ ਪਹਿਲੇ ਦੁਖੀ ਜਾਂਦਾ, ਗੋਲੀ ਲੈ ਕੇ ਹਟੀਆਂ ਇੱਥੇ ਫਿਰਦਾ ਹੋਣਾ। ਉਹ ਮੈਂ ਤੈਨੂੰ ਹੁਣੇ ਦੇ ਦੂੰ ਗੋਲੀਆਂ, ਤੁਹਾਨੂੰ ਗਰਮ ਹੁੰਦੇ ਵਗ ਜਾਂਦੀ ਆ। ਅੱਜ ਮੈਂ ਲੱਤਾਂ ਤੋੜੋ ਦੀਆਂ, ਐ ਨਹੀਂ ਤੁਸੀਂ ਹਟਦੇ। ਸਾਰਾ ਦਿਨ ਭੌਂਕਦਾ ਰਹਿੰਦਾ ਗਾ। ਤੇ ਬੇਬੇ ਕੀ ਹੋ ਗਿਆ, ਬਾਪੂ ਬਾਲੀ ਗਰਮ ਜਿਹਾ ਹੋ ਰਿਹਾ ਸੀ, ਹੋਣਾ ਕੀ ਸੀ, ਕੁੱਤਿਆਂ ਦੀ ਰੰਗ ਨੇ ਸਿੱਖਿਆ ਤਾ। ਹਾਏ ਨੀ ਬੇਬੇ, ਆਹ ਗਾਲ ਨਾ ਦੇ, ਇਹ ਗਾਲ ਤਾਂ ਮੁੜ ਘੁੜ ਕੇ ਆਪਾਂ ਨੂੰ ਹੀ ਆਉਂਦੀ ਹੈ। ਮੈਨੂੰ ਕੀ ਪਤਾ ਲੱਗਦਾ ਫਿਰ ਗੁੱਸੇ ਦੇ ਵਿੱਚ ਸਭ ਕੁਛ ਕੱਢਿਆ। ਉਹ ਤਾਂ ਮੈਨੂੰ ਪਤਾ ਤੇਰਾ ਬਲੱਡ ਵੱਜ ਜਾਂਦਾ, ਮੁੰਡੇ ਨੂੰ ਭਾਲਦਾ ਫਿਰਦਾ ਗਾ, ਮੇਰੇ ਬਣੀ ਘੋਪ ਲੈ ਕੇ ਆਇਆ। ਬਾਪੂ ਨੂੰ ਪਤਾ ਨੀ ਕੀ ਹੋ ਰਿਹਾ ਗਾ ਇਹੋ ਜਿਹਾ, ਆਪਾਂ ਤਾਂ ਉਹਨੂੰ ਸਾਰੇ ਜ਼ਹਿਰ ਵਰਗੇ ਲੱਗਦੇ ਆ।
ਨਾ ਮੁੰਡਾ ਦੱਸ ਕੇ ਗਿਆ ਕਿਤੇ ਤੈਨੂੰ? ਉਹ ਤਾਂ ਮੈਨੂੰ ਦੱਸ ਕੇ ਗਏ ਨੇ ਬੇਬੇ, ਸਰੋਂ ਜੀ ਕੱਢਣੀ ਹੜੰਬਾ ਪੁੱਛਦੇ ਫਿਰਦੇ ਨੇ। ਚੱਲ ਕੋਈ ਨਾ ਪੁੱਤ, ਚਾਰ ਮਨ ਸਰੋਂ ਹੋਜੂ, 2 ਰੁਪਈਏ ਵੱਟੇ ਜਾਣਗੇ, ਨਾਲੇ ਘਰ ਦਾ ਤੇਲ ਹੋਜੂ। ਸਾਰਾ ਦਿਨ ਬੇਚਾਰਾ ਮਿਹਨਤ ਕਰਦਾ, ਫਿਰ ਵੀ ਇਹ ਵੱਡੋ ਖਾਓ ਕਰੀ ਜਦੋਂ ਆ ਬੰਦਾ ਹੈ ਨੀ ਕਿਸੇ ਕੰਮ ਦਾ ਤੇਰਾ ਬਾਪੂ। ਮੈਨੂੰ ਤਾਂ ਪਤਾ ਹੀ ਹੈ ਬੇਬੇ, ਹੁਣ ਮੈਂ ਬਾਪੂ ਨੂੰ ਕੁਛ ਕਹਿ ਵੀ ਨਹੀਂ ਸਕਦੀ, ਮੈਂ ਕਹੂੰਗੀ ਤਾਂ ਗੱਲ ਦੂਰ ਜਾਂਦੀ ਆ, ਅਗਲਾ ਕਹਿੰਦਾ ਨੂੰਹ ਮੂਹਰੇ ਬੋਲਦੀ ਹੈਗੀ। ਹੁਣ ਮੈਂ ਤਾਂ ਕੁਛ ਕਹਿ ਨਹੀਂ ਸਕਦੀ, ਜੀ ਤਾਂ ਮੇਰਾ ਬਥੇਰਾ ਕਰਦਾ ਬਾਪੂ ਨੂੰ ਪੁੱਛਾਂ ਸਮਾਰ ਕੇ ਵੀ ਕੀ ਗੱਲ ਬਾਪੂ, ਤੂੰ ਸਾਨੂੰ ਹੀ ਚਾਰੇ ਚੱਕ ਪਈ ਆ ਨਾ ਸਾਰਾ ਦਿਨ। ਬਸ ਚੰਬੜ ਗਿਆ, ਜ਼ਿਆਦਾ ਚੰਬਲਿਆ ਕੁਛ। ਚੱਲ ਕੋਈ ਨਹੀਂ ਬੇਬੇ, ਆਪਾਂ ਆਪਦਾ ਮਸਲਾ ਹੱਲ ਕਰ ਲਈਏ। ਤਾਂ ਹੀ ਤਾਂ ਪੁੱਤ ਮੈਂ ਘੋਪ ਝੱਲੀ ਨੀ, ਮੇਰਾ ਤਾਂ ਜੀ ਕਰਦਾ ਸਾਵੀ ਫੜਕਾ ਦਾ ਢੱਡ ਚ ਗਡੋਦਾ। ਇਹ ਕੰਮ ਨੂੰ ਮੈਂ ਡਰਦੀ ਹਾਂ ਵੀ ਕਿਤੇ ਆ ਪੁੱਠਾ ਕੰਮ ਨਾ ਹੋ ਜੇ, ਕਿਤੇ ਸਾਰੀ ਜ਼ਮੀਨ ਉਹਨੂੰ ਪੁੱਤੀ ਦੇ ਨਾਲ ਲਵਾ ਦੇ। ਆਹੀ ਤਾਂ ਡਰ ਆ ਬੇਬੇ, ਤਾਂ ਹੀ ਤਾਂ ਮੈਂ ਤੈਨੂੰ ਸਮਝਾਉਣੀ ਆ, ਆਪਾਂ ਹੋਸ਼ ਤੋਂ ਕੰਮ ਲੈਣਾ, ਜੋਸ਼ ਤੋਂ ਲੈਣਾ। ਚੱਲ ਚੰਗਾ ਹੁਣ ਚੁੱਪ ਕਰ, ਜੇ ਬਾਪੂ ਨੇ ਜਾਂ ਉਹਨੇ ਸੁਣ ਲਿਆ, ਬਾਪੂ ਦਾ ਤੈਨੂੰ ਪਤਾ ਹੀ ਹੈਗਾ। ਚੱਲ ਚੰਗਾ ਚੱਲ। ਲੈ ਲਓ ਤੱਕਲੇ ਖੁਰਚਣੇ, ਬੱਠਲਾਂ ਨੂੰ ਥੱਲੇ ਲਵਾ ਲਓ, ਬਮੀਰੀਆਂ ਲੈ ਲਓ, ਗੁਬਾਰੇ ਲੈ ਲਓ। ਹਾਏ ਹਾਏ, ਚੱਲ ਮਣਾ ਗੋਹਾ ਸਿੱਟ ਕੇ ਫਿਰ ਦਾਲ ਸਬਜ਼ੀ ਦਾ ਵੀ ਕਰਾਂ। ਲੈ ਲਓ ਤੱਕਲੇ ਖੁਰਚਣੇ, ਬੱਠਲਾਂ ਨੂੰ ਥੱਲੇ ਲਵਾ ਲਓ, ਬਮੀਰੀਆਂ ਲੈ ਲਓ। ਮੈਨੂੰ ਲੱਗਦਾ ਤਾਰੋ ਭੈਣ ਆ ਗਈ। ਰੁਕ ਜਾ ਨੇ ਬਹਿਣੇ, ਰੁਕ ਜਾ। ਮੈਨੂੰ ਤਾਂ ਬੜਾ ਤਰਸ ਆਉਂਦਾ ਤੇਰੇ ਤੇ, ਕੀ ਕਰਾਂ ਸੱਚੀ। ਮੈਂ ਤੈਨੂੰ ਇੱਕ ਗੱਲ ਦੱਸਣੀ ਸੀ, ਮੈਂ ਤੇਰੇ ਪੇਕੇ ਗਈ ਸਾਂ। ਅੱਛਾ, ਪੇਕੇ ਗਏ ਸੀ? ਗਈ ਸਾਂ, ਪਰ ਦਿਲ ਬੜਾ ਦੁਖੀ ਹੋਇਆ। ਵਿਚਾਰੇ ਵੀਰੇ ਹੋਰਾਂ ਦੀ ਹਾਲਤ ਤੇ ਬੜੀ ਖਰਾਬ ਹੈ, ਇੱਕ ਉਹਨਾਂ ਦਾ ਬੱਚਾ ਵਿਚਾਰਾ ਲੱਤ ਤੋਂ ਵਾਂਝ ਆਏ, ਦੇਖ ਕੇ ਨਾ ਸੱਚੀ ਮਨ ਬੜਾ ਹੀ ਦੁਖੀ ਹੋਇਆ ਮੇਰਾ ਤੇ। ਸਹੀ ਗੱਲ ਆ ਭੈਣੇ, ਬਹੁਤ ਮੁਸੀਬਤਾਂ ਝੱਲੀਆਂ ਮੇਰੇ ਭਰਾ ਨੇ ਤੇ ਭਰਜਾਈ ਨੇ। ਚੱਲ ਤੂੰ ਫਿਕਰ ਨਾ ਕਰ, ਮੈਂ ਨਾ ਉਹਨਾਂ ਦੀ ਥੋੜ੍ਹੀ ਬਹੁਤੀ ਪੈਸਿਆਂ ਦੀ ਮਦਦ ਵੀ ਕਰ ਆਈ ਸੀ। ਅੱਛਾ ਭੈਣੇ, ਚੱਲ ਤੇਰਾ ਬਹੁਤ ਬਹੁਤ ਧੰਨਵਾਦ। ਆ ਇੱਕ ਸਾਡੇ ਵਾਲੇ ਦੇਖ ਲਓ, ਜਿਨ੍ਹਾਂ ਨੂੰ ਪੈਸਿਆਂ ਦੀ ਕਦਰ ਵੀ ਨਹੀਂ ਹੈਗੀ। ਪੈਸਿਆਂ ਦੀ ਕਦਰ ਨਹੀਂ ਹੈਗੀ, ਇਹ ਤੂੰ ਕੀ ਕਹਿੰਦੀ ਪਈ ਹੈ? ਭੈਣੇ, ਮੇਰੇ ਨਾ ਪੇਕਿਆਂ ਨੇ ਪੈਸੇ ਦਿੱਤੇ ਸੀ ਮੈਨੂੰ ਸਗਨ, ਪਤਾ ਨਹੀਂ ਕਿਵੇਂ ਢਿੱਡ ਬੰਨ ਕੇ ਉਹਨਾਂ ਨੇ 1500 ਰੁਪਈਆ ਦਿੱਤਾ ਮੇਰੇ ਘਰ ਵਾਲੇ ਨੇ, ਉਹ 1500 ਰੁਪਈਆ ਪਾੜਤਾ। ਅਖੇ, ਇੰਨੇ ਕੁ ਪੈਸੇ ਲੈ ਕੇ ਆਈ ਆ ਤੂੰ? ਹਾਏ ਹਾਏ, ਮੈਂ ਮਰ ਜਾਵਾਂ, ਇਹਨਾਂ ਨੂੰ ਤੇ ਬਿਲਕੁਲ ਹੀ ਤਰਸ ਨਹੀਂ ਆਉਂਦਾ, ਇੰਨਾ ਅਹੰਕਾਰ ਵੀ ਚੰਗਾ ਨਹੀਂ ਹੁੰਦਾ। ਕੋਈ ਗੱਲ ਨਹੀਂ, ਹੁਣ ਇਹ ਅੱਤਿਆਚਾਰ ਨਾ ਮੈਂ ਤੇਰੇ ਤੇ ਜ਼ਿਆਦਾ ਟਾਈਮ ਨਹੀਂ ਹੋਣ ਦੇਣਾ। ਪਹਿਲਾਂ ਤਾਂ ਮੈਂ ਸਰਪੰਚ ਕੋਲ ਹੀ ਗਈ ਸੀ ਸ਼ਿਕਾਇਤ ਲੈ ਕੇ, ਹੁਣ ਤੇ ਮੈਂ ਸਿੱਧੀ ਥਾਣੇ ਜਾਵਾਂਗੀ। ਨਾ ਨਾ ਭੈਣੇ, ਇਹ ਗੱਲ ਨਾ ਕਰੀ ਤੂੰ। ਕਿਉਂ ਡਰਦੀ ਹੈ? ਬੜਾ ਡਰਦੀ ਹੈ ਤੂੰ ਸੱਚੀ। ਇਹ ਲੋਕ ਨਾ ਡਰਦਿਆਂ ਨੂੰ ਡਰਾਉਂਦੇ ਨੇ, ਹੌਂਸਲਾ ਰੱਖ, ਕੁਝ ਨਹੀਂ ਹੁੰਦਾ। ਹੁੰਦਾ ਤਾਂ ਨਹੀਂ, ਤੈਨੂੰ ਨਹੀਂ ਪਤਾ ਭੈਣੇ, ਜੇ ਗੱਲ ਦਾ ਪਤਾ ਲੱਗ ਗਿਆ ਮੈਨੂੰ ਤਾਂ ਜਿਉਂਦੇ ਜੀ ਮਾਰ ਦੇਣਗੇ। ਐਵੇਂ ਜਿਉਂਦੇ ਜੀ ਮਾਰ ਦੇਣਗੇ? ਤਾਰੋ ਕਿਸ ਕੰਮ ਵਾਸਤੇ ਆ? ਅੱਜ ਤੋਂ ਬਾਅਦ ਇਹਨਾਂ ਨੇ ਤੇਰੇ ਹੱਥ ਵੀ ਲਾਤਾ ਨਾ, ਤੇ ਤਾਰੋ ਤੋਂ ਬੁਰਾ ਕੋਈ ਨਹੀਂ ਇਸ ਦੁਨੀਆਂ ਦੇ ਵਿੱਚ। ਚੰਗਾ ਭੈਣੇ, ਹੁਣ ਮੈਂ ਚੱਲਦੀ ਹਾਂ, ਆਈ ਨੀ ਪਤਾ ਮੇਰੀ ਸੱਸ ਮੈਨੂੰ ਦੇਖ ਲੈ, ਮੁੜ ਕੇ ਬੁੜ ਬੁੜ ਕਰੂਗੀ ਮੇਰੇ ਤੇ। ਕੋਈ ਗੱਲ ਨੀ, ਤੂੰ ਜਾ, ਧਿਆਨ ਰੱਖੀ ਆਪਣਾ, ਤੇ ਮੈਂ ਵੀ ਪਿੰਡ ਗਲੀ ਚ ਗੇੜਾ ਦੇਵਾਂ, ਅੱਜ ਕੋਈ ਚੀਜ਼ ਨੀ ਵੇਖੀ ਹਲੇ ਤੱਕ। ਚੱਲ ਠੀਕ ਹੈ, ਚਾਹ ਪੀ ਕੇ ਚਲੀ ਜਾਂਦੀ। ਚਾਹ ਤੇ ਰਹਿਣ ਦੇ, ਉਹ ਤੇਰੀ ਸੱਸ ਹੈ ਨਾ, ਤੈਨੂੰ ਪਤਾ ਹੀ ਹੈ ਬੁੜਬੁੜ ਕਰਦੀ, ਐਵੇਂ ਮੇਰੀ ਲੜਾਈ ਹੋ ਜਾਣੀ ਆ, ਇਹ ਜਿਹੀਆਂ ਬੁੜੀਆਂ ਤੇ ਮੈਨੂੰ ਜ਼ਹਿਰ ਵਰਗੀਆਂ ਲੱਗਦੀਆਂ ਨੇ। ਠੀਕ ਹੈ, ਧਿਆਨ ਰੱਖੀ ਆਪਣਾ। ਚੰਗਾ ਭੈਣ, ਲੈ ਲੈ ਤੱਕਲੇ ਖੁਰਚਣੇ। ਲੈ, ਕਿੰਨੀ ਚੰਗੀ ਆ ਵਿਚਾਰੀ, ਨਾਲੇ ਕੋਈ ਜਾਣ ਨੀ ਪਹਿਚਾਣ ਨੀ, ਫਿਰ ਵੀ ਮੇਰੇ ਪੇਕਿਆਂ ਦੀ ਮਦਦ ਕਰਕੇ ਆਈ ਆ। ਚੱਲ ਮਣਾ ਚੱਲਾ, ਲੈ ਹੁਣ ਘੁੱਟ ਪੀਵਾਂ ਚਾਹ, ਤੜਕੇ ਦੀ ਤਾਂ ਮੈਨੂੰ ਚਾਹ ਹੀ ਨਹੀਂ ਜੁੜੀ ਹੈਗੀ, ਉਦੋਂ ਚਾਚਾ ਜੀ ਆ ਗਏ, ਹੋਰ ਹੀ ਖਿਆਲਿਆਂ 'ਚ ਖੋਈ ਬੈਠੇ ਰਹੇ।
ਚਾਹ ਵੀ ਡੁੱਲ ਗਈ ਮੇਰੀ ਤਾਂ। ਚੱਲ ਮਨਾ, ਫਿਰ ਹੀ ਚਾਹ ਪੀ ਕੇ ਘੁੱਟ ਹੋਰ ਕੰਮ ਕਰੂੰਗੀ। ਇੱਕ ਮੈਨੂੰ ਤਾਂ ਚਾਹ ਹੀ ਨਹੀਂ ਨਸੀਬ ਹੁੰਦੀ, ਸਰੀਰ ਵੀ ਥੱਕਿਆ ਥੱਕਿਆ ਰਹਿੰਦਾ। ਲੈ ਮਨਾ, ਪੀ ਕੇ ਘੁੱਟ ਚਾਹ ਕੰਮ ਕਰਾਂ। ਹੁਣ ਜੇ ਮੈਂ ਬਰਾਂਡੇ 'ਚ ਬੈਠਦੀ ਹਾਂ, ਆਏ ਨਹੀਂ ਪਤਾ ਮੈਨੂੰ ਕੀ ਕੀ ਗੱਲਾਂ ਸੁਣਾਉਣਗੇ। ਇੱਦੂ ਚੰਗਾ ਆ ਵਿਹੜੇ 'ਚ ਬਹਿ ਕੇ ਘੁੱਟ ਚਾਹ ਤਾਂ ਪੀ ਲਾਂ, ਮੈਨੂੰ ਤਾਂ ਇਹ ਵੀ ਨਹੀਂ ਨਸੀਬ ਹੁੰਦੀ। ਹਾਏ ਰੱਬਾ, ਕਿੱਧਰ ਨੂੰ ਜਾਵਾਂ। ਅੱਛਾ, ਮਹਾਰਾਣੀ ਚਾਹ ਦਾ ਗਲਾਸ ਭਰੀ ਬੈਠੀ ਆ, ਇਹਨੂੰ ਤਾਂ ਮੈਂ ਪਿਆਉਂਦੀ ਆ। ਵੱਡੀ ਆ ਗਈ ਪਟਰਾਣੀ, ਫੜਾਵੇ। ਗੱਲ ਸੁਣ, ਚਾਹ ਬਣਾ ਲੈਂਦੀ ਆ, ਦੁੱਧ ਚ ਪੱਤੀ ਪਾ ਲੈਂਦੀ ਆ, ਡੋਲ ਦਿੰਦੀ ਆ, ਤੇਰੀ ਮਰਜ਼ੀ ਚੱਲੂਗੀ। ਮੱਝ ਤੇਰੇ ਪਿਓ ਨੇ ਲੈ ਕੇ ਬੰਨੀ ਸੀ। ਨਾ ਨਾ ਮਾਂ, ਕਿਉਂ ਮੇਰੇ ਜ਼ਖਮਾਂ ਤੇ ਲੂਣ ਭੁੱਕਦੀ ਆ, ਕਿਉਂ ਮੇਰੇ ਮਰੇ ਹੋਏ ਮਾਂ ਪਿਓ ਦੇ ਸਿਵੇ ਫਰੋਲਦੀ ਆ ਤੂੰ। ਅੱਛਾ, ਜਦੋਂ ਤੈਨੂੰ ਕੋਈ ਕੰਮ ਦੀ ਗੱਲ ਕਹਿ ਦਿੰਦੇ ਆ, ਉਦੋਂ ਮਾਂ ਪਿਓ ਨੂੰ ਫੜ ਲੈਂਦੀ ਹੈਗੀ। ਵੱਡੀ ਆ ਗਈ ਮਾਂ ਪਿਓ ਨੂੰ ਯਾਦ ਕਰਨ ਵਾਲੀ। ਮੇਰੀ ਗੱਲ ਸੁਣ ਲੈ, ਜਦੋਂ ਮੈਂ ਚਾਹ ਦਊਂਗੀ ਨਾ, ਉਦੋਂ ਚਾਹ ਪੀਣੀ ਆ, ਬਾਰ ਬਾਰ ਦੁੱਧ ਚ ਪੱਤੀ ਪਾ ਕੇ ਨੀ ਪੀਣੀ। ਕੰਮ ਕਰ ਚੱਲ। ਠੀਕ ਆ ਮਾਂ, ਕਰ ਲੈਂਦੀ ਹਾਂ ਕੰਮ। ਮਿਸਤਰੀ ਜੀ, ਤੁਹਾਨੂੰ ਤਾਂ ਪਤਾ ਹੀ ਆ ਮੇਰਾ ਜਵਾਕ ਢਿੱਲਾ ਰਹਿੰਦਾ, ਉਹਦੀ ਦਵਾਈ ਲੈ ਕੇ ਜਾਣੀ ਆ, ਘੰਟਾ ਕੁ ਪਹਿਲਾਂ ਛੁੱਟੀ ਦੇ ਦਿਓ। ਮੈਨੂੰ ਤਾਂ ਦੱਸੇ ਦੇਖਾ, ਕੋਈ ਇਤਰਾਜ਼ ਨਹੀਂ, ਬਾਬੂ ਨੂੰ ਪੁੱਛ ਲਓ। ਠੀਕ ਆ, ਮੈਂ ਉਹਨਾਂ ਨੂੰ ਫਿਰ ਪੁੱਛ ਲੈਂਦਾ। ਉਹੀ ਮੈਂ ਨਾ ਘੰਟਾ ਪਹਿਲਾਂ ਆ ਜਾਊਂਗਾ ਸਵੇਰੇ, ਤੁਹਾਡੇ ਉਹਦੇ ਨੂੰ ਸਾਰਾ ਕੰਮ ਤਿਆਰ ਕਰ ਲੂੰਗਾ। ਹੋਰ ਜੱਸੇ, ਜਵਾਕ ਵਾਲੀ ਤਾਂ ਬਹੁਤ ਮਾੜੀ ਗੱਲ ਹੋਈ ਯਾਰ, ਤੂੰ ਬਾਬੂ ਨਾਲ ਗੱਲ ਕਰ ਲਾ। ਚੰਗਾ ਫਿਰ ਮਿਸਤਰੀ, ਮੈਂ ਕਰਦਾ ਬਾਬੂ ਜੀ ਨਾਲ ਗੱਲ। ਕਰ ਲਾ, ਮੈਨੂੰ ਲੱਗਦਾ ਸੁੱਤੇ ਪਏ ਆ। ਚੱਲ ਬੁਲਾ ਕੇ ਤਾਂ ਦੇਖਦਾ। ਬਾਬੂ ਜੀ, ਪੈਣ ਦੇ ਦਿਆ ਕਰੋ ਘੰਟਾ। ਦੱਸ। ਸਤਿ ਸ਼੍ਰੀ ਅਕਾਲ ਬਾਬੂ ਜੀ। ਸਤਿ ਸ਼੍ਰੀ ਅਕਾਲ ਬਾਬੂ ਜੀ, ਮੈਂ ਘੰਟਾ ਪਹਿਲਾਂ ਜਾਣਾ, ਮੇਰਾ ਜਵਾਕ ਬਿਮਾਰ ਆ, ਉਹਦੀ ਦਵਾਈ ਲਿਆਉਣੀ ਆ। ਤੇਰਾ ਜਵਾਕ ਨੀ ਮੋਟ ਆਉਂਦਾ, ਮੈਂ ਰੁਪਈਏ ਕੱਟੂਗਾ ਜੇ ਘੰਟਾ ਪਹਿਲਾਂ ਜਾਏਗਾ। ਗੱਲ ਸੁਣ ਲੈ ਮੇਰੀ, ਕੱਲ ਨੂੰ ਪਹਿਲਾਂ ਆ ਜਾਊਗਾ ਬਾਬੂ ਜੀ। ਨਾ ਆਏ ਨੀ ਚੱਲਣੀ ਗੱਡੀ। ਕੋਈ ਗੱਲ ਨੀ ਬਾਬੂ ਜੀ, ਫਿਰ ਕੱਟ ਲਿਓ ਜਿੰਨੇ ਕੱਟਣੇ ਆ। 200 ਰੁਪਏ ਬੰਦਨੇ ਤੇਰੇ ਦਿਹਾੜੀ ਦਾ, ਘੰਟਾ ਤੂੰ ਜਾਣਾ ਪਹਿਲਾਂ, 180 ਰੁਪਏ ਦੇਊਂਗਾ ਤੈਨੂੰ ਮੈਂ। ਕੋਈ ਨਾ ਬਾਬੂ ਜੀ, 180 ਰੁਪਏ ਦੇ ਦਿਓ। ਚੱਲ ਕੋਈ ਨਾ, ਦੇਖ ਲੈਣਾ। ਆ ਲੈ 100 ਰੁਪਇਆ, 80 ਦੇਊਂਗਾ ਮੈਂ ਤੈਨੂੰ ਕੱਲ ਨੂੰ ਜਦੋਂ ਤੂੰ ਆ ਗਿਆ। ਬਾਬੂ ਜੀ, ਮੈਂ ਦਵਾਈ ਲਿਆਉਣੀ ਆ ਜਵਾਕ ਦੀ, ਇਹ ਤਾਂ ਮੇਰੇ ਕਿਰਾਏ 'ਚ ਹੀ ਲੱਗ ਜਾਣਾ। ਦਵਾਈ ਦਾ ਮੈਂ ਠੇਕਾ ਲਿੱਤਾ ਹੋਇਆ ਯਾਰ, ਤੇਰਾ ਕੀ ਪਤਾ ਕੱਲ ਨੂੰ ਨਾ ਆਵੇਂ ਤੂੰ। ਐਂ ਕਿਉਂ ਕਰਦੇ ਹੋ ਬਾਬੂ ਜੀ, 100 ਹੋਰ ਦੇ ਦਿਓ। ਮੈਂ ਜੇ ਤੈਨੂੰ ਨਗਦ ਪੈਸੇ ਚੱਲਦੇ ਆ ਨਾ, ਕਿਤੇ ਆਪਦਾ ਹੋਰ ਕੰਮ ਭਾਲ ਲਾ, ਮੇਰੇ ਕੋਲ ਬੰਦੇ ਬਥੇਰੇ ਆ। ਨਾ ਬਾਬੂ ਜੀ, ਐਂ ਨਾ ਕਰੋ, ਕੋਈ ਨਾ, 100 ਕੱਲ ਨੂੰ ਲੈ ਜੀ। ਠੀਕ ਹੈ, 100 ਨਾਲ ਹੀ ਸਾਰ ਲੂੰਗਾ। ਸਾਰ ਲੂੰ। ਕਮਾਲ, ਪਹਿਲਾਂ ਤਾਂ ਪਿੰਡ 'ਚ 250 ਦਿਹਾੜੀ ਚੱਲਦੀ ਆ, ਤੂੰ ਸਾਨੂੰ ਪਹਿਲਾਂ ਹੀ 200 ਦਿੰਦਾ, ਉਹਦੇ ਵਿੱਚੋਂ ਵੀ 20 ਰੁਪਏ ਕੱਟ ਲਏ, 180 ਦੇ ਕੇ ਖੜ ਗਿਆ। ਕਹਿੰਦੇ ਹੁੰਦੇ ਆ
ਜਿੰਨਾ ਰੱਜਿਆ ਓਨਾ ਭੱਜਿਆ, ਸਾਡਾ ਖੂਨ ਪੀ ਕੇ ਕਿੱਥੋਂ ਤਰਜੇਗਾ। ਚੱਲ ਹੁਣ ਤਾਈ ਤੂੰ ਹੀ ਪੁੱਛਦੇ ਜਾ ਕੇ 100 ਰੁਪਇਆ, ਫਿਰ 100 ਦਾ ਕਿਰਾਇਆ ਹੀ ਲੱਗ ਜੂਗਾ, ਦਵਾਈ ਕਿਹੜੀ ਆਊਗੀ। ਚੱਲ ਤਾਈ ਕੋਲੇ ਜਾਂਦਾ। ਲੈ ਆਹ ਤਾਂ ਵਧੀਆ ਹੋ ਗਿਆ, ਖੜੰਬਾ ਜਿਹਾ ਆਪ ਹੀ ਲਾਤਾ ਆ ਕੇ ਇਹਨਾਂ ਨੇ। ਦੇਖੋ ਹੁਣ ਨਿਕਲਦੀ ਕਿੰਨੀ ਕੁ, ਜੰਮ ਜਾ ਤਾਂ ਵਾਹਵਾ ਸੀ ਸਰੋਂ ਜੀ। ਫਿਰ ਦੇਖੋ ਚਾਚਾ ਲਾਤਾ ਖੜੰਬਾ ਫਿਰ। ਹਾਂ ਕਿੰਨਾ ਕੁ ਟਾਈਮ ਲੱਗ ਜੂਗਾ? ਇਹਦੀ ਕੀ ਟਾਈਮ ਲੱਗਣਾ, ਤੂੰ ਚਾਹ ਲੈ ਕੇ ਰਿਹਾ ਤਾਂ ਕੱਢਤੀ ਤੇਰੇ ਹੁਣ ਤੋਂ ਪਹਿਲਾਂ। ਉਹ ਚਾਚਾ ਚਾਹ ਦੀ ਕੀ ਗੱਲ ਹੈ, ਮੈਂ ਹੁਣ ਲਿਆਉਣਾ, ਬਸ ਤੂੰ ਰੱਖੀ ਧਿਆਨ ਮਾੜਾ ਜਾ, ਆ ਗਿਆ ਮੈਂ। ਅੱਜ ਤੇਰਾ ਕਰਕੇ ਗੁੱਸੇ ਡਾਈ ਹੈ ਬਾਹਰ ਗਏ, ਆਉਣ ਦੇ ਅੱਜ ਕਰੂੰ ਖਰਖਾ ਇਹਦਾ, ਜਦਾ ਤੂੰ ਨੀ ਤੇ ਜਾਂ ਮੈਂ ਨਹੀਂ। ਚੱਲ ਆਹ ਤਾਂ ਵਧੀਆ ਹੋ ਗਿਆ ਸਰੋਂ ਜੀ ਵਾਲਾ ਕੰਮ, ਤਾਂ 4 ਪੈਸੇ ਘਰੇ ਆਉਂਦੇ ਹੋ ਗਏ। ਬਾਪੂ ਕਿਵੇਂ ਬੈਠਾ, ਮੈਨੂੰ ਵੀ ਕੀ ਜਾਂਦਾ ਲੱਗਦਾ। ਲੈ ਆਹ ਆਉਂਦਾ ਹਰੇ ਪਾਈ, ਮੈਨੂੰ ਕੋਈ ਪੁੱਛਾਂ ਦੇਣ ਵਾਲਾ ਹੁੰਦਾ, ਅੱਜ ਕਰ ਦੇ ਨਾ ਗੱਲ, ਮੈਂ ਐ ਨੀ ਲੋੜ ਹੁੰਦਾ ਹੈ। ਬਾਪੂ ਕਿਵੇਂ ਸਿੱਧਾ ਹੀ ਹੋ ਗਿਆ ਮੈਨੂੰ ਦੇਖ ਕੇ, ਅੱਪ ਤੋਂ ਚੱਲਾਂ ਮੈਂ ਕਰ ਲੈ ਕੇ। ਕਿੱਧਰ ਗਿਆ ਸੀ ਮੈਂ ਹੈਂ ਬਾਪੂ? ਮੈਂ ਤਾਂ ਪਿੰਡ 'ਚ ਗਿਆ ਸੀਗਾ। ਕੀ ਕਰਤੂਤ ਕੀਤੀ ਅੱਜ ਤੂੰ ਅੱਜ ਹੈਂ? ਮੈਂ ਤਾਂ ਕੁਛ ਨੀ ਕੀਤਾ ਬਾਪੂ। ਉਹ ਤੂੰ 1500 ਰੁਪਇਆ ਪਾਰਤਾ ਬਹੂ ਦਾ, ਪੈਸੇ ਝੜਨ ਲੱਗ ਦੇਣ ਤਾਂ ਗੁੱਸਾ ਆ ਗਿਆ ਸੀਗਾ ਬਾਪੂ। ਤੈਨੂੰ ਗੁੱਸਾ ਆ ਗਿਆ, ਮੈਂ ਮਾਰ ਦੂੰ ਤੈਨੂੰ, ਇੱਥੇ ਬੁਰਾ ਲੱਗਣਾ ਚੱਕਰੇ। ਚੱਲ ਤੈਨੂੰ ਅੱਜ ਬਣਾਉਣਾ ਬੰਦਾ ਤੈਨੂੰ ਮੈਂ। ਓਏ ਹੜਕ ਥਾਂ ਤੂੰ ਮੇਰੀ ਪੱਟੀ ਮੇਜ਼ ਕਰਤੀ ਤੇ ਸਾਰੀ ਮੇਰੀ ਹੈਂ? ਓਏ ਹੋ ਹਾਏ ਮੇਰੇ ਸੋਨੇ ਵਰਗੇ ਤੈਨੂੰ, ਇਹਦਾ ਸੋਨਾ ਕੀ ਮਿੱਟੀ ਦਾ ਵੀ ਨਹੀਂ ਇਹ। ਹਾਏ ਹਾਏ ਮਿੱਟੀ ਦਾ ਕਿਉਂ, ਮੇਰਾ ਪੁੱਤ ਤਾਂ ਸੋਨੇ ਦਾ, 100 ਸੁੱਕੇ ਲੈਤਾ ਸੀ, ਮਸਾ ਪਾਲਿਆ ਮੈਂ। ਮਸਾ ਪਾਲਿਆ ਤਾਂ ਇਹਨਾਂ ਨੇ ਮੈਨੂੰ ਕਿਸੇ ਖੜਨ ਚੁੱਕਣੇ ਛੱਡਿਆ ਕਿਸੇ ਪੰਚਾਇਤ 'ਚ, ਥਾਂ ਥਾਂ ਮੇਰੀਆਂ ਪੰਚਾਇਤਾਂ ਬੇਇੱਜ਼ਤੀਆਂ ਕਰਾਉਂਦਾ ਫਿਰਦਾ। ਚਾਹ ਵਾ ਲੋਕਾਂ ਤੋਂ ਪਰੇ ਮੇਰੇ। ਹਾਏ ਮੈਂ ਮਰ ਜਾ, ਕੀ ਹੋ ਗਿਆ? ਚੱਲ ਕੋਈ ਨੀ, ਚੱਲ ਪਾ ਛੱਡਿਆ ਸਾਰੇ ਟੱਬਰ ਨੇ। ਉਹ ਮੈਂ ਕਹਿੰਦਾ ਸੀਗਾ ਕਾਹਨੂੰ ਕਾਹਨੂੰ ਕੁਛ ਕਰਨਾ, ਇਹ ਮੈਥੋਂ ਕੁਛ ਕਰਾ ਕੇ ਹਟਣਗੇ। ਪੁੱਤ ਫਿਰ ਵੀ ਤੇਰਾ ਪਿਓ ਹੈ, ਗੁੱਸਾ ਨਾ ਕਰ। ਗੁੱਸਾ ਕਿਉਂ ਨਾ ਕਰਾਂ ਮਾਂ, ਮੇਰੇ ਤਾਂ ਮਾਰ ਕੇ ਥਪੜਾ ਅੱਗ ਮਚਾਤੀ। ਕੀ ਹੋ ਗਿਆ ਜੇ ਰੌਲਾ ਜਿਹਾ ਕਾਹਤੋਂ ਪਈ ਜਾਂਦਾ ਸੀ ਇੰਨਾ? ਬਾਪੂ ਨੇ ਕੁੱਟਿਆ ਮੈਨੂੰ। ਲੈ ਦੱਸ ਬਾਪੂ ਅੱਡ ਪਤਾ ਨੀ ਕੀ ਭਾਲਦਾ ਗਾ, ਭਾਲਣਾ ਕੀ ਹੈਗਾ, ਕਹਿੰਦਾ 1500 ਰੁਪਇਆ ਪਾੜਤਾ, ਹੁਣ ਮੇਰੇ ਨਾਲੋਂ 1500 ਰੁਪਇਆ ਵੱਧ ਹੋ ਗਿਆ, ਮੈਨੂੰ ਤਾਂ ਅੱਗ ਲੱਗੀ ਪਈ ਹੈਗੀ। ਪੁੱਤ ਤੈਨੂੰ ਕੀ ਅੱਗ ਲੱਗੀ ਪਈ ਹੈ, ਅੱਗ ਤਾਂ ਮੈਨੂੰ ਵੀ ਲੱਗੀ ਪਈ ਹੈ, ਜਿੰਨਾ ਟਾਈਮ ਆ ਕੰਜਰੀ ਦਾ ਫਾਹਾ ਨੀ ਨਾ ਵੱਢਦੇ ਉਨਾ ਟਾਈਮ ਮੈਨੂੰ ਸਬਰ ਨਹੀਂ ਆਉਂਦਾ। ਮਾਂ ਸਕੀਮਾਂ ਸਕੂਮਾਂ ਤਾਂ ਬਹੁਤ ਲਾ ਲਈਆਂ, ਹੁਣ ਤਾਂ ਸਿਰੇ ਵਾਲਾ ਕੰਮ ਕਰਨਾ ਹੀ ਪਊਗਾ। ਕੰਮ ਤਾਂ ਕਰਤਾ ਸੀ ਜੀ, ਉਹ ਜਿਹੜੀ ਤੁਸੀਂ ਪੂੜੀ ਜੀ ਨਹੀਂ ਸੀ ਲਿਆਏ, ਅਸੀਂ ਤਾਂ ਇਹਦੀ ਚਾਹ 'ਚ ਪਾਤੀ ਸੀ, ਮੈਨੂੰ ਟਾਲ ਟੂਲ ਕੇ ਬੇਬੇ ਤੋਂ ਪਵਾਤੀ ਸੀ, ਉੱਥੇ ਜਾ ਕੇ ਚਾਹ ਲੈ ਕੇ ਬਹਿ ਗਈ, ਪਤਾ ਨਹੀਂ ਪੱਟ ਪੈਂਦਾ ਉਹ ਚਾਚਾ ਕਿੱਧਰੋਂ ਆਇਆ, ਉਹਨੇ ਇਹੋ ਜਿਹਾ ਬੋਲ ਮਾਰਿਆ, ਭੱਜ ਗਈ ਚਾਚੇ ਵੱਲ ਨੂੰ, ਖੁਰੜੇ ਵਿੱਚ ਮਾਰੇ ਗਲਾਸ ਦੇ, ਵਧੀਆ ਨੂੰ ਕਹਿੰਦੇ ਸੌਟੋ ਆ, ਕਿੱਥੇ ਮਰਦੀ ਇਹੋ ਜੇ, ਮਰ ਜੇ ਮਗਰੋਂ ਲਏ ਜੇ, ਸਾਰਾ ਕੰਮ ਹੀ ਨਾ ਲੋਟ ਆ ਜੇ। ਲੈ ਦੇਖ ਲਾ ਬਾਪੂ ਜੀ ਵੀ ਮੇਰਾ ਕਿੰਨਾ ਸਾਥ ਦਿੰਦੇ ਆ, ਆਪਦੇ ਜਵਾਨ ਪੁੱਤ ਤੇ ਹੱਥ ਚੱਕਿਆ, ਨਹੀਂ ਜਵਾਨ ਪੁੱਤ ਤੇ ਹੱਥ ਚੱਕਣਾ ਕਿੰਨਾ ਔਖਾ ਹੁੰਦਾ। ਇਹ ਰੱਬਾ ਜਿੰਨੇ ਵੀ ਦੁੱਖ ਦੇਣੇ ਆ ਮੈਨੂੰ ਇਸ ਜਨਮ 'ਚ ਹੀ ਦੇ ਦੀ, ਅਗਲੇ ਜਨਮ 'ਚ ਤਾਂ ਮੇਰਾ ਚੰਗਾ ਹੀ ਲਿਖ ਦੀ ਪਰਮਾਤਮਾ, ਹੁਣ ਆਈ ਨਹੀਂ ਪਤਾ ਮੇਰੇ ਨਾਲ ਕੀ ਕਰਨਗੇ। ਚੱਲ ਪਰਮਾਤਮਾ ਮਰਜ਼ੀ ਆ ਤੇਰੀ, ਘਰਾਂ ਕੰਮ ਮਨਾ। ਨਾ ਚਾਚਾ ਕੀ ਲੈਣ ਆਇਆ ਸੀਗਾ? ਲੈਣ ਕੀ ਆਉਣਾ ਸੀ ਜੀ, ਆ ਬਿੱਲ ਫੜਾਉਣ ਆਇਆ ਸੀ, ਇਹ ਬੈਠੀ ਸੀ ਉੱਥੇ, ਭੱਜ ਕੇ ਚਾਚੇ ਬਣੇ ਨੂੰ ਜਾਂਦੀ ਸੀ, ਖੁਰੜੇ ਮਾਰੇ ਚਾਹ 'ਚ ਸਾਰੀ ਚਾਹ ਡੋਲਤੀ। ਪੁੱਤ ਜੇ ਇੱਕ ਚਾਂਸ ਲੰਘ ਗਿਆ ਫਿਰ ਕਿਹੜਾ ਕੁਛ ਖਾਓ ਪੀਓ ਨਹੀਂ, ਰੋਟੀ ਨਹੀਂ ਖਾਊਗੀ ਕਿ ਚਾਹ ਨਹੀਂ ਪੀਊਗੀ,
ਤੂੰ ਦੇਖੀ ਸਹੀ ਫਿਰ ਕੀ ਕਰਦੀ ਮੈਂ ਵੀ ਦੇਖਦਾ ਕਿੰਨਾ ਚਿਰ ਬਚਦੀ ਹੈ ਇਹ ਇੰਨਾ ਚਿਰ ਇੱਕ ਪਾਸਾ ਹੁੰਦਾ ਨੀ ਨਾ ਚਾਹੇ ਨਾਲ ਆਪਾਂ ਵੀ ਨੀ ਬਹਿੰਦੇ ਚੁੱਪ ਕਰੋ ਆ ਮੰਗ ਰਹੀ ਹੈਗੀ ਅੰਦਰ ਜਾ ਕੇ ਗੱਲ ਕਰਦੇ ਆ ਜਾਓ ਚਲ ਆ ਜਾ ਤਾਈ ਘਰੇ ਹੋਵੇ ਫੇਰ ਵੀ ਚੰਗਾ ਤਾਈ ਮੈਂ ਆ ਜਾ ਜੱਸਿਆ ਨੰਗਿਆ ਕਿੱਥੇ ਫਿਰਦਾ ਪੁੱਤ ਤੂੰ ਆ ਗਿਆ ਆ ਗਿਆ ਤਾਈ ਤਗੜੀ ਹੈ ਤਾਈ ਹਾਂ ਜਿਉਂਦਾ ਵਸਦਾ ਰਹੇ ਰੱਬ ਵੱਡੀ ਸਾਰੀ ਉਮਰ ਕਰੇ ਹੋਰ ਦੱਸ ਕੀ ਹਾਲ ਚਾਲ ਹੈ ਹੁਣ ਪਤਾ ਹੀ ਹੈ ਤਾਈ ਤੈਨੂੰ ਜਿਹੜਾ ਰੱਬ ਟਾਈਮ ਟਪਾਈ ਜਾਂਦਾ ਟਾਈਮ ਹੀ ਹੈ ਪੁੱਤ ਜੇ ਹੀ ਲੰਘ ਜੇ ਨਾਲੇ ਫਿਰ ਤੈਨੂੰ ਪਤਾ ਹੀ ਹੈ ਔਖਾ ਨੇ ਤਾਂ ਔਖੀ ਰਹਿਣਾ ਸੱਚ ਆਪਣੀ ਉਹ ਕੁੜੀ ਆਈ ਸੀ ਕਿਵੇਂ ਹੈ ਉਹਨਾਂ ਦੇ ਹੁਣ ਪਰਿਵਾਰ ਬਸ ਤਾਈ ਚੱਲੀ ਜਾਂਦਾ ਬਸ ਉਹਦਾ ਸਹੁਰਾ ਤਾਂ ਚੰਗਾ ਅੱਛਾ ਉਹ ਆਪਣਾ ਪੁਰਾਣਾ ਅਤੇ ਮਾਂ ਦਾ ਬਾਹਲੇ ਭੇੜੇ ਆ ਬਾਹਲਾ ਤੰਗ ਕਰਦੇ ਆ ਹੋਰ ਭਾਈ ਗਰੀਬਣੀ ਸੀ ਵਿਚਾਰੀ ਹੈ ਨਾ ਸਾਰਾ ਕੰਮ ਧੰਦਾ ਕਰਦੀ ਸੀ ਅਤੇ ਨਰਮ ਸੀਗੀ ਕਦੇ ਕਿਸੇ ਨੂੰ ਉੱਚਾ ਬੋਲ ਕੇ ਨਹੀਂ ਸੁਣਾਉਂਦੀ ਸੀ ਪਤਾ ਨਹੀਂ ਰੱਬ ਇੰਨੀਆਂ ਜਾਂ ਕੁੜੀਆਂ ਦੇ ਕਿਉਂ ਇਹੋ ਜਿਹੇ ਕਰਮ ਲਿਖ ਦਿੰਦਾ ਹੈ ਉਹਨਾਂ ਨੂੰ ਵੀ ਪਤਾ ਵੀ ਸਾਨੂੰ ਮੋੜ ਕੇ ਜਵਾਬ ਤਾਂ ਦਿੰਦੀ ਨਹੀਂ ਹੈ ਨਾ ਤਾਂ ਜੋ ਵਿਚਾਰੀ ਨਾਲ ਐਂ ਕਰਦੇ ਨੇ ਜੇ ਹੁਣ ਕੋਈ ਚੱਕਵੀਂ ਹੁੰਦੀ ਤਾਂ ਧੌਣ ਫੜ ਲੈਂਦੀ ਗੋਡਿਆਂ ਹੇਠ ਦੇ ਲੈਂਦੀ ਫਿਰ ਪਤਾ ਲੱਗਦਾ ਇਹੋ ਜਿਹੇ ਬੰਦਿਆਂ ਨੂੰ ਕਾਹਨੂੰ ਵਿਚਾਰੀ ਇੱਕ ਤੂੰ ਸ਼ਰੀਫ ਹੈ ਹੈਂ ਹੁਣ ਤਾਂ ਇਹ ਕਹਿ ਵੀ ਕੀ ਸਕਦੇ ਹਾਂ ਟਾਈਮ ਹੀ ਪਾਸ ਮਸਾ ਆਉਂਦਾ ਐਡੇ ਵੱਡੇ ਉਹਨਾਂ ਨਾਲ ਪੰਗਾ ਲੈ ਕੇ ਕਿੱਥੋਂ ਫਿਰ ਆਇਆ ਵੀ ਜ਼ਿਆਦਾ ਸਿਰ ਨੀਵਾਂ ਕਰਕੇ ਟਾਈਮ ਪਾਸ ਕਰੀ ਜਾਂਦੇ ਹਾਂ ਜਿੰਨਾ ਚਿਰ ਉਹਦਾ ਸਹੁਰਾ ਬੈਠਾ ਉਨਾ ਚਿਰ ਤਾਂ ਕੋਈ ਫਿਕਰ ਨਹੀਂ ਹਾਂ ਚੱਲ ਉਹ ਤਾਂ ਜਵਾਖੜੀ ਦੇ ਸਿਰ 'ਤੇ ਹੱਥ ਰੱਖਦਾ ਨਾ ਘਰ 'ਚ ਇੱਕ ਤਾਂ ਸੁਣਦਾ ਨਾ ਹੈ ਉਹਨੂੰ ਮਾਂ ਨੂੰ ਨਹੀਂ ਮਾੜੀ ਮੋਟੀ ਸੰਗ ਸ਼ਰਮ ਆਉਂਦੀ ਵੀ ਹੈ ਨਹੀਂ ਉਹਦੇ ਆਪ ਦਿੱਤੀ ਨਹੀਂ ਤਾਈ ਗੱਲ ਇਹ ਨਹੀਂ ਗੱਲ ਤਾਂ ਇਹ ਆ ਵੀ ਦੂਜੀ ਦੇ ਮੁੰਡਾ ਹੋ ਗਿਆ ਅੱਛਾ ਤੈਨੂੰ ਪਤਾ ਆਪਣੀ ਵੀਰਪਾਲ ਕੋਲ ਕੋਈ ਜਵਾਕ ਨਹੀਂ ਹੋਇਆ ਬਸ ਹੁਣ ਫਿਰ ਉਹ ਉਹਦੇ ਹੀ ਨੇ ਸਾਰੇ ਫਿਰ ਚੱਲ ਉਹਦੇ ਰਹਿਣ ਇਹਨੂੰ ਵਿਚਾਰੀ ਨੂੰ ਤੰਗ ਤਾਂ ਨਾ ਕਰਨ ਇਹਦੇ ਕਢਾਵਦੇ ਸਾਰੇ ਜੇ ਪਰਮਾਤਮਾ ਦੇਊਗਾ ਫਿਰ ਹੀ ਹੋਊਗਾ ਉਹ ਕਿਹੜਾ ਕਿਸੇ ਦਾ ਵਿਚਾਰੀ ਚੱਕ ਲਿਆ ਹੋਵੇ ਕਿ ਮੁੱਲ ਖਰੀਦ ਲਏ ਇਹ ਚੀਜ਼ਾਂ ਮੁੱਲ ਵੀ ਨਹੀਂ ਮਿਲਦੀਆਂ ਹਾਂ ਇਹ ਤਾਂ ਹੈ ਤਾਈ ਤਾਈ ਮੈਂ ਤਾਂ ਤੇਰੇ ਕੋਲ 100 ਰੁਪਇਆ ਲੈਣ ਆਇਆ ਸੀ ਫਿਰ ਮੈਂ ਤੇਰੇ ਪੋਤੇ ਦੀ ਦਵਾਈ ਲੈ ਕੇ ਆਉਣੀ ਆ ਠੇਕੇਦਾਰ ਨੇ ਮੈਨੂੰ ਪੂਰੇ ਪੈਸੇ ਨਹੀਂ ਦਿੱਤੇ ਤੇਰੇ ਕੋਲ ਹੈਗਾ ਤਾਂ ਤਾਈ ਮੈਨੂੰ 100 ਰੁਪਇਆ ਦੇ ਕੋਈ ਨਾ ਪੁੱਤ ਦੇ ਦੇਣੀ ਆ 100 ਰੁਪਇਆ ਤਾਂ ਦਵਾਈ ਤਾਂ ਲਿਆਉਣੀ ਹੈ ਚੱਲ ਮੈਨੂੰ ਆਹ ਮਿਲੀ ਸੀਗੀ ਵਿਲਸਨ ਜੀ ਤਾਈ ਵੀ ਚੰਗੀ ਆ ਹਰ ਵੇਲੇ ਵਿਚਾਰੀ ਮੇਰੀ ਤਾਂ ਮਦਦ ਕਰਦੀ ਆ 100 ਰੁਪਇਆਂ ਦੀ ਜਦੋਂ ਲੋੜ ਹੁੰਦੀ ਆ ਉਹਦੀ ਫੜਾ ਦਿੰਦੀ ਆ ਪਰਮਾਤਮਾ ਇਹਦੀ ਲੰਮੀ ਉਮਰ ਕਰੇ ਵੀਰਪਾਲ ਪੁੱਤੇ ਪਾਣੀ ਲੈ ਕੇ ਆ ਲਿਆਉਣੀ ਆ ਬਾਪੂ ਜੀ ਲਿਆਉਂਦੀ ਆ ਪਾਣੀ ਤੇ ਕਿੰਨੇ ਅੱਗੇ ਪਿੱਛੇ ਘੁੰਮਦੀ ਫਿਰਦੀ ਆ ਕਿੰਨੇ ਸੇਵਾ ਕਰਾਉਂਦਾ ਚੌਰਾ ਨਾ ਆਪਾਂ ਨੂੰ ਨਹੀਂ ਕਹਿ ਸਕਦਾ ਪਾਣੀ ਦਾ ਬੇਬੇ ਇਹ ਵੀ ਤੈਨੂੰ ਦੇਖਣ 'ਚ ਸੁੱਡਲ ਜਿਹੀ ਲੱਗਦੀ ਆ ਚਲਾਕ ਬਥੇਰੀ ਆ ਇਹਨੂੰ ਪਤਾ ਨਾ ਵੀ ਬਾਪੂ ਦੇ ਨਾਲ ਹੀ ਸਾਰੀ ਜ਼ਮੀਨ ਜਾਇਦਾਦ ਤਾਂ ਸੇਵਾ ਕਰਦੀ ਆ ਸ਼ਹਿਰੀਆਂ ਕਰਦੀ ਆ ਸ਼ਹਿਰੀਆਂ ਨਹੀਂ ਇਸੇ ਗੱਲ ਦੇ ਤਾਂ ਪਿੱਟਣੇ ਆ ਜ਼ਮੀਨ ਦੇ ਨਹੀਂ ਆਪਾਂ ਕਿਹੜਾ ਖੰਗੜ ਦੇ ਦਈਏ ਇਹਨਾਂ ਚੱਲ ਕੋਈ ਨਾ ਬੇਬੇ ਸਾਬਰ ਰੱਖ ਜਾਂਦੀ ਹੈਗੀ ਆਪਾਂ ਇਹਨੂੰ ਕੀ ਲਈ ਬੈਠੀਆਂ ਹਾਂ ਇਹ ਇਕੱਲੀ ਆਪਾਂ 2 ਜਣੀਆਂ ਹੱਲ ਤਾਂ ਆਪਾਂ ਕਰਕੇ ਛੱਡਾਂਗੇ ਕੋਈ ਗੱਲ ਨਹੀਂ ਤੂੰ ਦੇਖੀ ਚੱਲ ਅੱਗੇ ਅੱਗੇ ਬੜਦਾ ਕੀ ਆ ਤੂੰ ਮੈਨੂੰ ਐਵੇਂ ਸਮਝ ਲੈ
ਕਿੱਥੋਂ ਬੇਬੇ ਐਵੇਂ ਸਮਝ ਲਿਆ, ਮੈਨੂੰ ਤਾਂ ਪਤਾ ਹੀ ਹੈ ਬੇਬੇ ਦਾ ਸਾਡੀ ਦਾ ਬਥੇਰਾ ਦਿਮਾਗ ਆ, ਉਹ ਤਾਂ ਉਹਦੇ ਨੇ ਖੁਰੜਾ ਮਾਰਿਆ ਜੈ ਵੱਡੀ ਨੇ। ਹੋਰ ਨਹੀਂ ਹੁਣ ਤਾਂ ਭੋਗ ਵੀ ਪੈ ਜਾਂਦਾ ਨਪੁੱਤੀ ਦਾ। ਹੋਰ ਹੁਣ ਬੇਬੇ ਉਹ ਦਿਨ ਦਾ ਤਾਂ ਸੱਚੀ ਮੈਨੂੰ ਬਾਹਲਾ ਪਛਤਾਵਾ। ਹਲੋ ਬਾਪੂ ਜੀ, ਪਾਣੀ। ਬਾਪੂ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਗੱਲ ਕਰਨੀ ਆ? ਹਾਂਜੀ ਬਾਇਆ ਪੁੱਤ, ਬਹਿ ਕੇ ਦੱਸ ਕੀ ਗੱਲ ਕਰਨੀ ਆ। ਬਾਪੂ ਜੀ ਤੁਸੀਂ ਕਿਉਂ ਇਹਨਾਂ ਤੇ ਹੱਥ ਚੁੱਕਿਆ? ਰੋਜ਼ ਦਾ ਕਲੇਸ਼ ਮਾੜਾ ਹੁੰਦਾ। ਉਹ ਪੁੱਤ ਕਿਹਦਾ ਜੀ ਕਰਦਾ ਜਵਾਨ ਪੁੱਤ ਹੱਥ ਚੱਕਣ ਨੂੰ, ਹੁਣ ਤਾਂ ਪਾਣੀ ਜਮਾਂ ਸਿਰ ਤੋਂ ਲੰਘ ਗਿਆ। ਜੇ ਪੁੱਤ ਉਹਦੇ ਨਾਂ ਮਾਰਦਾ ਨਾ ਸਵੇਰੇ ਉਹਨੇ ਹੋਕੂ ਪੱਟਣਾ ਸੀਗਾ। ਮਸਾਂ ਪੁੱਤ ਘਰ ਬੰਨਿਆ, ਹੱਡ ਕਾਲੇ ਹੋ ਗਏ ਮੇਰੇ ਖੇਤਾਂ 'ਚ, ਅਤੇ 1500 ਰੁਪਏ ਮਿੰਟ 'ਚ ਪਾੜਤਾ ਇਹਨੇ। ਹਾਂ ਹਾਂ ਬਾਪੂ ਜੀ, ਉਹ 1500 ਰੁਪਏ ਦਾ ਤਾਂ ਮੈਨੂੰ ਵੀ ਦੁੱਖ ਆ। ਪੈਸੇ ਦੀ ਪੁੱਤ ਕਦਰ ਹੀ ਨਹੀਂ ਭੋਰਾ ਇਹਨੂੰ, ਜੇ ਕੁਛ ਕਰਿਆ ਹੋਊਗਾ ਤਾਂ ਹੀ ਹੈ। ਸਹੀ ਗੱਲ ਆ ਬਾਪੂ ਜੀ, ਇਹਨਾਂ ਨੂੰ ਪੈਸੇ ਦੀ ਕਦਰ ਕੀ ਹੋਣੀ ਹੈ, ਬਣਿਆ ਬਣਾਇਆ ਸਾਰਾ ਕੁਛ ਮਿਲ ਗਿਆ। ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ। ਆ ਇੱਕ ਮੇਰਾ ਭਰਾ ਗਾ ਜਿਹੜਾ ਸਾਰਾ ਦਿਨ ਕਦੇ ਕਿਸੇ ਦੇ ਦਿਹਾੜੀ ਕਰਦਾ, ਕਦੇ ਕਿਸੇ ਦੇ ਦਿਹਾੜੀ ਕਰਦਾ। ਪਤਾ ਨਹੀਂ ਉਹ 1500 ਰੁਪਇਆ ਉਹਨਾਂ ਨੇ ਮੈਨੂੰ ਕਿਵੇਂ ਢਿੱਡ ਬੰਨ ਕੇ ਦਿੱਤਾ ਹੋਊਗਾ। ਚੱਲ ਕੋਈ ਨਾ ਪੁੱਤ, ਤੂੰ ਦਿਲ ਨਾ ਹੌਲਾ ਕਰ, ਕੁਛ ਨਹੀਂ ਹੁੰਦਾ, ਚੱਲ ਜਿਹੜਾ ਕੁਛ ਹੋ ਗਿਆ। ਚੱਲ ਕੋਈ ਨਾ ਬਾਪੂ ਜੀ, ਤੁਸੀਂ ਪੀ ਲਓ ਪਾਣੀ, ਮੈਂ ਉੱਧਰ ਜਾ ਕੇ ਕੰਮ ਕਰ ਲਾਂ। ਕੋਈ ਇਹੋ ਜਿਹਾ ਮਾਂ ਨੇ ਮਾਰ ਲਾਇਆ, ਬਸ ਘਰ ਪੱਟਣ ਦੇ ਹੋ ਗਏ ਜੋ ਨਦੀਦੀ ਬਹੂ ਆ ਗਈ ਲੈ, ਵਿਵਾਹ ਕਿਹੜਾ ਹੋ ਗਿਆ ਜਮਾਂ ਸਿਰ 'ਤੇ ਵਾਹ ਹੱਟੀਏ, ਹੋਰ ਆ ਗਈ ਵਿਚਾਰੀ ਦੀ ਕਦਰ ਨਹੀਂ ਕਰਦੇ। ਰੱਬਾ ਤੇਰੇ ਘਰੇ ਵੀ ਨਿਆਣੀ ਕੋਈ, ਬਸ ਆ ਲਓ ਜੀ ਚਾਹ ਪੀ ਲਓ। ਬਸ ਅਸੀਂ ਮੈਂ ਨਹੀਂ ਪੀਣੀ, ਮੇਰਾ ਮੂਡ ਹੈ ਨਹੀਂ ਗਾ। ਨਾਲੇ ਤੁਸੀਂ ਕਾਹਨੂੰ ਐਵੇਂ ਚਿੱਤ ਖਰਾਬ ਕਰ ਰੱਖਿਆ? ਆ ਬਾਪੂ ਦੇ ਸੁਭਾਅ ਦਾ ਤੁਹਾਨੂੰ ਪਤਾ ਤਾਂ ਹੈਗਾ, ਇਹ ਤਾਂ ਤੁਹਾਨੂੰ ਪਤਾ ਉਹਦੇ ਮਗਰ ਲੱਗਿਆ ਹੋਇਆ, ਤਾਂ ਇਹਨੂੰ ਆਪਾਂ ਤਿੰਨੇ ਚਾਰ ਜਣੇ ਜ਼ਹਿਰ ਵਰਗੇ ਲੱਗਦੇ ਆ। ਉਹ ਮਗਰ ਤਾਂ ਲੱਗਿਆ ਹੈਗਾ, ਫਿਰ ਹੁਣ ਆਇਆ ਹੈਗਾ ਵੀ ਜਵਾਨ ਪੁੱਤ ਤੇ ਹੱਥ ਚੱਕੂਗਾ, ਇਹ ਸ਼ਰਮੀ ਲਾ ਲਈ, ਉਹ ਤਾਂ ਮੈਂ ਚੁੱਪ ਕਰ ਗਿਆ। ਜੇ ਮੈਂ ਫੜਕੇ ਘੋਪ ਜੀ ਦੋ ਮਾਰਦਾ ਗਿੱਟਿਆਂ ਤੇ, ਕੀ ਰਹਿੰਦੀ ਇਹਦੀ ਫਿਰ? ਐਵੇਂ ਤੁਸੀਂ ਕਾਹਨੂੰ ਮਾਰਨਾ ਜੀ, ਅਗਲਾ ਕਹਿ ਦੂਗਾ ਪੁੱਤ ਨੇ ਪਿਓ ਤੇ ਹੱਥ ਚੱਕਿਆ। ਤੁਸੀਂ ਇਹ ਗੱਲਾਂ 'ਚ ਆਓ ਹੀ ਨਾ, ਮੈਂ ਤੇ ਬੇਬੇ ਹੈਗੀ ਹਾਂ, ਅਸੀਂ ਆਪੀ ਮਸਲਾ ਹੱਲ ਕਰ ਦਾਂਗੀਆਂ ਸਾਰਾ। ਗਰਮੀ ਦਾ ਨਾ ਮੈਨੂੰ ਬਾਹਲੀ ਜੜੀ ਪਈ ਹੈ ਜੱਸੀ, ਮੇਰਾ ਤਾਂ ਐਂ ਜੀ ਕਰਦਾ ਬਾਪੂ ਦੇ ਨਾਲ ਘੋਗਾ ਚਿੱਤ ਕਰ ਦਈਏ। ਨਾ ਨਾ ਜੀ, ਸ਼ੁਕਰ ਆ ਮੇਰੇ ਕੋਲੇ ਕਹੀ ਇਹ ਗੱਲ, ਹੋਰ ਨਾ ਕਿਸੇ ਕੋਲੇ ਕਹਿ ਦਿਓ। ਮੈਂ ਤੇ ਬੇਬੇ ਆਪੀ ਸਾਰਾ ਕੁਛ ਕਰਾਂਗੇ, ਤੁਸੀਂ ਤਾਂ ਇਸ ਗੱਲ 'ਚ ਮਗਰ ਹੀ ਰਹੋ, ਨਾਲੇ ਬੁੜੀਆਂ 'ਤੇ ਕੋਈ ਸ਼ੱਕ ਨਹੀਂ ਕਰਦਾ, ਨਾਲੇ ਬਾਪੂ ਨੇ ਕਿਹੜਾ ਵਸੀਅਤ ਕਰਾਈਆਂ ਨੇ, ਆ ਕੁੜੀਆਂ ਕਾੜੀਆਂ ਦੇ ਨਾਂ ਸਾਰੀਆਂ ਦੇ ਜ਼ਮੀਨ ਚੜ ਜੂਗੀ, ਜਿਹੜੀ ਗੱਲ ਦੇ ਮਾਰੇ ਫਿਰਦੇ ਆ ਉਹੀ ਜਬ ਫੇਰ ਛਿੜ ਜੂਗਾ। ਦਿਮਾਗ ਲੜਾਓ ਦਿਮਾਗ। ਫਿਰ ਹੁਣ ਕੀ ਕਰੀਏ, ਉਹਨੂੰ ਚਾਹ 'ਚ ਪਾਇਆ ਸੀਗਾ ਸਿਆਪਾ ਖਾਨਾ, ਮਾਰ ਕੇ ਖੌਂਡ ਡੋਲ ਗਈ ਉਹ, ਹੁਣ ਕਿਵੇਂ ਫਾਹਾ ਵੱਢ ਗਏ ਉਹਦਾ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਅਸੀਂ ਐਂ ਕਰਾਂਗੇ, ਬਾਪੂ ਨੂੰ ਰੋਟੀ ਜ਼ਿਆਦਾ ਇਹੀ ਫੜਾਉਂਦੀ ਆ, ਬਾਪੂ ਇਹ ਤੋਂ ਫੜ ਕੇ ਰੋਟੀ ਖਾ ਕੇ ਖੁਸ਼ ਆ, ਅਸੀਂ ਆਟੇ 'ਚ ਜ਼ਹਿਰ ਮਿਲਾ ਦਾਂਗੇ, ਨਾਲੇ ਇਸੇ ਦੇ ਹੀ ਨਾਂ ਲੱਗੂ ਵੀ ਇਹ ਨਹੀਂ ਕੁਛ ਕਰਤਾ ਬਾਪੂ ਨੂੰ। ਹੁਣ ਦੇਖਦੇ ਹਾਂ, ਬਾਪੂ ਨੂੰ ਕਰਦੀਆਂ ਸੀ ਇੱਕ ਪਾਸੇ ਕਿ ਇਹਨੂੰ ਚੱਕਦੀਆਂ ਬਾੜ 'ਚੋਂ ਰੂੜੀ, ਦੋਨਾਂ 'ਚ ਮਸਲਾ ਤਾਂ ਮੈਂ ਤੇ ਬੇਬੇ ਕਰ ਹੀ ਦੇਵਾਂਗੀ। ਸਹੀ ਗੱਲ ਹੈ ਨਾ, ਆਪਾਂ ਆਟੇ 'ਚ ਜਦੋਂ ਜ਼ਹਿਰ ਮਿਲਾ ਤਾ ਫਿਰ ਜਿਹੜਾ ਖਾਊਗਾ ਰੋਟੀਆਂ ਤਾਂ ਹੀ ਦਿਸੂਗਾ। ਬਸ ਫਿਰ ਕਿਉਂ ਐਵੇਂ ਤੁਸੀਂ ਫਿਕਰ ਕਰੀ ਨੇ, ਆ ਪੀਓ ਚਾਹ, ਠੰਡੇ ਦਿਮਾਗ ਨਾਲ ਸੋਚੋ, ਠੰਡੇ ਨਾਲ। ਬਸ ਠੀਕ ਹੈ,
ਤੂੰ ਤਾਂ ਮਨ ਤੋਂ ਬਹੁਤ ਜਿਹੀ ਲਾਤਾ, ਮੈਨੂੰ ਤਾਂ ਬਾਹਲੀ ਗਰਮੀ ਚੜੀ ਪਈ ਸੀਗੀ। ਕੋਈ ਗਰਮੀ ਚੜਾਉਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਦੱਸਤਾ ਨਾ ਦੋਨਾਂ 'ਚੋਂ ਇੱਕ ਜਣੇ ਤਾਂ ਤੁਸੀਂ ਖਤਮ ਹੀ ਸਮਝੋ, ਨਾਲੇ ਸਾਡੇ 'ਤੇ ਕਿਹੜਾ ਸ਼ੱਕ ਕਰਨਾ ਕਿਸੇ ਨੇ। ਸ਼ੁਭ ਕਿੱਥੇ ਹੈਗਾ? ਸ਼ੁਭ ਤਾਂ ਖੇਡੀ ਜਾਂਦਾ ਸੀਗਾ। ਅੱਛਾ, ਬਾਹਰ ਬੈਠਾ। ਚਲੋ ਠੀਕ ਆ, ਪੀ ਲਓ ਤੁਸੀਂ ਚਾਹ। ਚੰਗਾ, ਤੂੰ ਨਿਗਾਹ ਰੱਖੋ ਉਹਦੀ, ਇਹਦਾ ਐਂ ਨਹੀਂ ਪਤਾ ਭੇੜ ਜੀ ਦਾ, ਉਸੇ ਨੂੰ ਕੁਛ ਦੇ ਦੇ ਜਵਾਕ ਨੂੰ। ਆਪਣਾ ਸਤਿ ਜਾਇਆ ਮਾਂ, ਅਜੇ ਤਾਂ ਕੰਜਰਾਂ ਨੇ ਨੱਕ ਬਣਾ ਛੱਡਿਆ। ਦੋ ਮਿੰਟ ਮਣ ਖਾ ਕਿੱਧਰ ਚੱਲਿਆ? ਉਹ ਜੀ ਜਾਣਾ ਕਹਿਣਾ ਨਾਲ ਜਾ ਤਾਂ ਕਿਤੇ ਮਰਜ਼ੀ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜਵਾਨ ਪੁੱਤ ਤੇ ਹੱਥ ਨਹੀਂ ਚੱਕੀਦਾ ਹੁੰਦਾ। ਕਿਉਂ ਕਿਉਂ ਕਾਦੀ? ਜੇ ਉਹ ਮੂਹਰੋਂ ਘੋ ਫੜ ਲੈਂਦਾ, ਤੇਰੀਆਂ ਲੱਤਾਂ ਲੱਤਾਂ ਭੰਨ ਦਿੰਦਾ, ਲੱਤਾਂ ਕਰ ਦਿੰਦਾ ਤੇਰੀਆਂ ਗੁਲਗਲਿਆਂ ਵਰਗੀਆਂ, ਫਿਰ ਚੰਗਾ ਰਹਿੰਦਾ? ਉਹ ਹਜੇ ਤਾਂ ਹੈਗੀ ਉਨੀ ਕੁ ਜਾਣ ਮੇਰੇ ਚ, ਭੁਲੇਖ ਚ ਨਾ ਰਹਿ ਜੀ ਕਿਤੇ, ਜੇ ਜ਼ਿਆਦਾ ਸ਼ੱਕ ਆ ਨਾ ਤੂੰ ਵੀ ਨਾਲ ਲੱਗ ਜੀ। ਓਹੋ, ਮੈਂ ਤਾਂ ਉਹ ਸਮਝਾਉਣੀ ਹੈਗੀ, ਮੈਂ ਕਿ ਨਾਲ ਲੱਗਣਾ ਨਾਲੇ ਹੋਰ ਪਾ ਛੱਡਿਆ, ਸਾਰੇ ਟੱਪਣੇ ਸਪਾ ਨਹੀਂ ਛੱਡਿਆ ਪੰਜਰਾਂ ਨੇ ਕਿੱਥੋਂ। ਹਾਂ, ਉਮਰ ਚਾ ਕੇ ਵੀ ਭਲਵਾਨੀਆਂ ਕਰਦਾ, ਵੀ ਤੁਰਦਾ ਤਾਂ ਤੂੰ ਸੁੱਟੀ ਨਾਲ ਹੈ, ਗੱਲਾਂ ਤੂੰ ਵੱਡੀਆਂ ਵੱਡੀਆਂ ਕਰਦਾ। ਚੱਲ ਹੁਣ ਮੁੰਡੇ ਨੂੰ ਪਹਿਨੀ ਆ, ਉਹ ਤਾਂ ਵਗ ਗਿਆ ਬਾਹਰ ਨੂੰ, ਹੁਣ ਦੇ ਨੂੰ ਧਨੇਸਰੀ ਇਹ ਫਿਰਦੀ ਆ ਤੁਰੀ, ਕਰਦੀਆਂ ਇਹਦੇ ਨਾਲ ਗੱਲ ਮੁੰਡੇ ਨੂੰ। ਵੇ ਪੁੱਤ ਸੌਂ ਗਿਆ ਸੀ? ਹਾਂ ਮਾਂ, ਅੱਖ ਜੀ ਲੱਗ ਗਈ ਸੀ, ਕਿਵੇਂ ਸੀ? ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ, ਆਹ ਕਲ ਮੋਹੀ ਨੇ ਨਾ ਆਪਣੇ ਬਥੇਰਾ ਘਸਮਾਣ ਮਚਾ ਰੱਖਿਆ, ਨਾਲੇ ਤਾਂ ਤੇਰੇ ਪਿਓ ਨੂੰ ਸਿਖਾਈ ਜਾਂਦੀ ਆ, ਨਾਲੇ ਮੇਰੇ ਬੰਨੀ ਅੱਖਾਂ ਜਿਹਾ ਕੱਢਣ ਲੱਗ ਗਈ। ਪੁੱਤ ਤੇਰਾ ਪਿਓ ਤਾਂ ਗਿਆ ਹੁਣ ਬਾਹਰ ਨੂੰ, ਹੁਣ ਦੇ ਉਹਨੂੰ ਧਨੇਸਰੀ, ਕੋਈ ਨਹੀਂ ਹੈਗਾ ਘਰੇ। ਅੱਛਾ ਹਾਂ, ਫਿਰ ਚਾਹ ਚੂ ਤਾਂ ਮੈਂ ਬਾਅਦ ਚ ਹੀ ਪੀਊਂਗਾ। ਚਾਹ ਤੂੰ ਬਾਅਦ ਚ ਪੀ ਲੈ, ਏਸੀ ਨਹੀਂ ਲਾਉਣਾ। ਹਾਂ, ਚੰਗੀ ਤਰ੍ਹਾਂ ਲਾਈ, ਚੰਗੀ ਤਰ੍ਹਾਂ। ਨਾ ਨਾ, ਤੂੰ ਫਿਕਰ ਕਿਉਂ ਕਰ ਦੇਂਗੀ, ਮੈਨੂੰ ਤਾਂ ਬਾਹਲਾ ਗੁੱਸਾ ਹੈਗਾ। ਉਹੀ ਤਾਂ ਗੱਲ ਹੈ, ਮਸਾਂ ਮੌਕਾ ਤੇ ਚੱਲ ਆ ਜਾ। ਨਾ ਪੈਗੀ ਤੇਰੇ ਕਾਲ ਦੇ ਠੰਡਾ, ਹੈਂ? ਕਦੇ ਬਾਪੂ ਨੇ ਹੱਥ ਨਹੀਂ ਚੱਕਿਆ ਸੀਗਾ ਮੇਰੇ ਤੇ, ਤੇਰੀ ਵਜ੍ਹਾ ਕਰਕੇ ਅੱਜ ਮਾਰਿਆ ਉਹਨੇ ਮੈਨੂੰ। ਨਾ ਮੈਂ ਇਹ ਜਾ ਕੀ ਕਹਤਾ ਜੀ, ਮੈਂ ਤਾਂ ਕੁਝ ਕਿਹਾ ਹੀ ਨਹੀਂ ਹੈਗਾ ਬਾਪੂ ਜੀ ਨੂੰ। ਹੋਲੇ, ਤੂੰ ਕਾਹਨੂੰ ਕੁਝ ਕਹਿਣਾ ਹੈ? ਹੋਰ ਉਹਨੂੰ ਸੁਪਨਾ ਆ ਗਿਆ ਵੀ 1500 ਰੁਪਇਆ ਪਾਰਤਾ ਇਹਨੇ। ਉਹ ਤਾਂ ਬਾਪੂ ਜੀ ਮੈਨੂੰ ਪੁੱਛਣ ਲੱਗ ਗਏ ਵੀ ਕਿਵੇਂ ਆ ਪੁੱਤ, ਘਰੇ ਤੇਰੇ ਠੀਕ ਆ ਉੱਤੇ ਪੇਕੇ? ਬਸ ਉਹ ਗੱਲਾਂ ਜੋ ਗੱਲ ਚੱਲ ਪਈ ਤਾਂ ਉਹਨਾਂ ਨੂੰ ਮੈਂ ਦੱਸਤਾ, ਮੈਂ ਕਿਹਾ ਬਾਪੂ ਜੀ ਐਂ ਕਰਕੇ ਮੈਨੂੰ ਸਗਨ ਦਾ ਉਹਨਾਂ ਨੇ 1500 ਰੁਪਇਆ ਦਿੱਤਾ ਸੀ, ਉਹ ਇਹਨਾਂ ਨੇ ਪਾੜਤਾ। ਠੀਕ ਹੈ ਤਾਂ ਓਏ ਉਂਗਲਾ ਤੂੰ ਲਾਉਣੀ ਹੈ ਸਾਰੇ ਪਵਾੜਿਆਂ ਦੀ, ਯਾਰ ਤੂੰ ਹੈਗੀ, ਤੂੰ ਹੈਗੀ ਭੇੜ ਜੀ ਨਾ ਹੋਵੇ ਤਾਂ, ਅਰੇ ਮਰਦੀ ਨੀ ਮਗਰ ਲੈ ਜਾ, ਤੂੰ ਬੈਰਨ ਬਣੀ ਹੈ ਤੂੰ ਸਾਡੀ। ਗੁਬਾਰੇ ਲੈ ਲੋ, ਬਮੀਰੀਆਂ ਲੈ ਲੋ, ਬੱਠਲਾਂ ਦੇ ਥੱਲੇ ਲਵਾ ਲੋ। ਤਾਰੋ! ਹਾਂ ਬੀਬੀ। ਉਰੇ ਆ, ਕੀ ਗੱਲ, ਕੁਝ ਲੈਣਾ ਹੈ ਤੂੰ? ਹਾਂ ਪੁੱਤ, ਬਮੀਰੀਆਂ ਲੈਣੀਆਂ ਨੇ। ਲੈ ਬੀਬੀ, ਕਿੰਨੀਆਂ ਲੈਣੀਆਂ ਦੱਸ ਦੇ ਮੈਨੂੰ। ਤੂੰ ਐਂ ਕਰ, ਘਰੇ ਚੱਲ, ਘਰੇ ਬੈਠ ਕੇ ਤੇਰੇ ਨਾਲ ਗੱਲ ਕਰਦੀ ਆ ਤੇ ਨਾਲੇ ਭੰਬੀਰੀਆਂ ਲੈਣੀ ਆ। ਚੱਲ ਬੀਬੀ, ਚਾਹ ਪਾਣੀ ਪਿਆਉਂਗੀ ਤੈਨੂੰ। ਚਾਹ ਪਾਣੀ ਦੀ ਤੇ ਲੋੜ ਨੀ, ਬਸ ਤੂੰ ਲੈ ਲੈ ਜਿਹੜਾ ਕੁਝ ਲੈਣਾ। ਨਾ ਨਾ, ਚਾਹ ਤਾਂ ਪਿਆਉਂਗੀ ਤੈਨੂੰ। ਚੱਲ ਬੀਬੀ ਚੱਲ, ਛੇਤੀ ਕਰ, ਵਧੀਆ ਚਾਹ ਬਣਾ ਕੇ ਪਿਆਉਂ ਤੈਨੂੰ। ਚੰਗਾ, ਆ ਜਾ ਬਹਿ ਜਾ ਤਾਰੋ। ਬੀਬੀ ਅਸੀਂ ਮੰਜੇ ਤੇ ਨੀ ਬਹਿੰਦੇ, ਮੈਨੂੰ ਪੀੜੀ ਲਿਆ ਕੇ ਦੇ ਦੂ। ਚੰਗਾ ਤੂੰ ਖੜ, ਮੈਂ ਲਿਆ ਕੇ ਦਿੰਦੀ। ਗੱਲ ਕੀ ਹੈ, ਇਹ ਤੇ ਬੁੱਢੀ ਠੀਕ ਹੋਣ ਵਾਲਿਆਂ ਚੋਂ ਹੈ ਨੀ, ਇਹਦੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੋਣੀ ਤੇ ਅੱਜ ਬੜੇ ਨਾਟਕ ਕਰਦੀ ਪਈ ਹੈ। ਗੱਲ ਤੇ ਤਾਰੋ ਮੈਨੂੰ ਕੁਝ ਹੋਰ ਲੱਗਦੀ ਹੈ।
ਆ ਜਾ ਨੀ ਆ ਜਾ ਬੀਬੀ ਛੇਤੀ ਆ ਜਾ, ਮੈਂ ਪਿੰਡ ਗਲੀ ਚ ਨਾ ਗੇੜਾ ਦੇਣਾ ਹੈ, ਇੱਕੋ ਹੀ ਗੇੜਾ ਦਿੱਤਾ ਅੱਜ ਮੈਂ। ਲੈ ਦੱਸ ਨੀ ਬੀਬੀ ਕਿਹੜਾ ਗੁਬਾਰਾ ਲੈਣਾ ਤੂੰ? ਕਿਸੇ ਰੰਗ ਦੇ ਦੇ ਦੇ, ਉਹਨੂੰ ਤਾਂ ਖੇਡਣਾ ਹੀ ਹੈ। ਆ ਲੈ ਇੱਕ ਪੰਬੀਰੀ ਵੀ ਦੇ ਦੇ। ਆ ਲੈ ਬੀਬੀ ਦੋ ਚੀਜ਼ਾਂ ਦੇ ਦੇ। ਕਿੰਨੇ ਪੈਸੇ ਆ ਤਾਰੋ? ਬੀਬੀ ਉਹ ਤੇ 15 ਰੁਪਏ ਬਣਦੇ ਨੇ, ਕੋਈ ਗੱਲ ਨੀ ਤੂੰ ਹੈਗੇ ਜਿਹੜੇ ਦੇ ਦੇ ਮੈਨੂੰ। ਮੇਰਾ ਪੋਤਾ ਖੇਡੂਗਾ ਉਹਦੇ ਵਾਸਤੇ ਲੈਤੇ ਆ। ਹਾਂ ਉਹ ਤੇ ਮੈਨੂੰ ਪਤਾ ਹੈ ਬੀਬੀ, ਤੇਰੀ ਨੂੰਹ ਕੋਲੇ ਮੁੰਡਾ ਹੈ, ਉੱਥੇ ਬੈਠੀ ਸੀ ਇੱਕ ਦਿਨ, ਮੈਂ ਪਹਿਲਾਂ ਵੀ ਆਈ ਸੀ। ਅੱਛਾ ਅੱਛਾ, ਦੇਖੀ ਆ ਮੇਰੀ ਛੋਟੀ ਨੂੰ? ਇੱਕ ਦਿਨ ਆਈ ਸੀ ਬੀਬੀ, ਉੱਥੇ ਬੈਠੀ ਸੀ, ਦੇਖੀ ਆ ਮੈਂ। ਤੇ ਮੇਰੀ ਗੱਲ ਸੁਣ, ਕਿੰਨਾ ਕੁ ਸਮਾਨ ਵੇਚ ਦਿੰਦੀ ਆ ਤੂੰ? ਆ ਬੀਬੀ ਕਿਹੜਾ ਸਮਾਨ ਵਿਕਦਾ, ਨਵਾਂ ਜ਼ਮਾਨਾ ਹੋ ਗਿਆ, ਕੌਣ ਸਾਡੇ ਤਕਲੇ ਖੁਰਚਣੇ ਖਰੀਦਦਾ ਹੁਣ? ਆ ਬਮੇਰੀਆਂ ਤੇ ਗੁਬਾਰੇ ਆ, ਚਲੋ ਦਿਹਾੜੀ ਬਣਾ ਲੈਣੇ, ਪੇਟ ਤਾਂ ਭਰਨਾ ਹੀ ਆ ਬੀਬੀ। ਨਹੀਂ ਉਹ ਤਾਂ ਤੇਰੀ ਗੱਲ ਠੀਕ ਆ ਜੀ, ਤੇ ਮੈਂ ਤੈਨੂੰ ਐਂ ਕਹਿੰਦੀ ਸੀ, ਮੇਰੀ ਨੂੰਹ ਮਿਲਣ ਵਾਸਤੇ ਕਹਿੰਦੀ ਆ ਤੈਨੂੰ, ਬੜੀ ਯਾਦ ਕਰਦੀ ਆ ਬੀਬੀ। ਛੇਤੀ ਆਵਾਜ਼ ਮਾਰ ਤੇ ਮਿਲ ਲੈਣੀ ਆ ਮੈਂ, ਕੋਈ ਗੱਲ ਨਹੀਂ। ਜੱਸੀ ਪੁੱਤ ਤਾਰੋ ਆਈ ਆ, ਆਈ ਕਰੇ ਬਾਹਰ। ਹਾਂ ਬੀਬੀ ਦੱਸ। ਮੈਂ ਤਾਂ ਭੈਣੇ ਤੈਨੂੰ ਐਂ ਕਹਿੰਦੀ ਆ, ਲੜਾਈ ਪੜਾਈ ਕਿਹਦੇ ਘਰੇ ਨਹੀਂ ਹੁੰਦੀ, ਹਰੇਕ ਦੇ ਘਰੇ ਹੁੰਦੀ ਆ। ਤੂੰ ਸਾਡੀ ਜਾ ਕੇ ਸ਼ਿਕਾਇਤ ਸਰਪੰਚ ਕੋਲੇ ਕਰਤੀ, ਤੈਨੂੰ ਐਂ ਪਤਾ ਸਾਡੀ ਇਹਦੇ ਚ ਬੇਇੱਜ਼ਤੀ ਕਿੰਨੀ ਹੋਈ ਆ? ਮੇਰੀ ਗੱਲ ਸੁਣ ਲੈ, ਰੱਬ ਨੂੰ ਜਾਣ ਦੇਣੀ ਆ, ਝੂਠ ਨਹੀਂ ਬੋਲਦੀ। ਸ਼ਿਕਾਇਤ ਮੈਂ ਸਰਪੰਚ ਕੋਲੇ ਕੀਤੀ ਆ, ਮੈਂ ਨਹੀਂ ਮੁੱਕਰਦੀ। ਪਰ ਜਿਹੜਾ ਤੁਸੀਂ ਜ਼ੁਲਮ ਕਰਦੇ ਹੋ ਉਹਦੇ ਤੇ ਵਿਚਾਰੀ ਤੇ, ਉਹ ਤੇ ਕੋਈ ਨਹੀਂ ਹੈਗਾ। ਰੱਬ ਨੂੰ ਪਹਿਚਾਣੋ ਤੁਸੀਂ, ਕਿੰਨਾ ਅਤਿਆਚਾਰ ਕਰਦੇ ਹੋ ਤੇ, ਮੇਰਾ ਤਾਂ ਦਿਲ ਦੁਖੀ ਹੁੰਦਾ, ਮੈਥੋਂ ਨਹੀਂ ਕਿਸੇ ਦਾ ਦੁੱਖ ਬਰਦਾਸ਼ਤ ਹੁੰਦਾ। ਇਹ ਤੇ ਮੈਂ ਸਰਪੰਚ ਦੀ ਸ਼ਿਕਾਇਤ ਕੀਤੀ ਹੈ ਤੇ ਤਾਰੋ ਦਾ ਥਾਣੇ ਵੀ ਚਲੀ ਜਾਏਗੀ, ਮੈਂ ਨਹੀਂ ਕਿਸੇ ਦਾ ਦੁੱਖ ਦਰਦ ਦੇਖ ਸਕਦੀ। ਦੇਖ ਪੁੱਤ ਤਾਰੋ, ਲੜਾਈਆਂ ਤਾਂ ਹੋਰ ਲੋਕਾਂ ਦੇ ਵੀ ਬਹੁਤ ਹੁੰਦੀਆਂ, ਜੇ ਤੈਨੂੰ ਇੰਨੀ ਸ਼ੌਂਕ ਆ ਲੜਾਈ ਮਟਿਆਉਣ ਦਾ ਤੇ ਉਹਨਾਂ ਦੀਆਂ ਮਟਿਆ ਦੇ, ਪਰ ਸਾਨੂੰ ਵਾਪਸ ਦੇ ਧੀਏ। ਇਹ ਬੀਬੀ ਮੈਂ ਬਖਸ਼ਣ ਵਾਲੀ ਕੌਣ ਹੁੰਦੀ ਹੈ? ਇਹ ਤੇ ਭਗਵਾਨ ਹੈ, ਮਾੜੀ ਦੇ ਕਰਨ ਵਾਲੇ ਨੂੰ ਆਪੇ ਮਾਰ ਦੇਣਾ ਉਹਨੇ। ਨਾ ਧੀਏ ਐ ਨਾ ਕਹਿ, ਦੇਖ ਮਸਾ ਲਿਆਂਦੇ ਆ ਮੇਰੀ ਨੂੰਹ, ਇਹਦੇ ਪੁੱਤ ਵੀ ਹੋ ਗਿਆ, ਉਹਦੇ ਤਾਂ ਕੋਈ ਬੱਚਾ ਵੀ ਨਹੀਂ ਹੋਇਆ, ਸਾਡੀ ਨਿਉਂ ਚੜ੍ਹਦੀ ਵਧੀ ਕੋਈ? ਬੀਬੀ ਜੇ ਉਹਦੇ ਬੱਚਾ ਨਹੀਂ ਹੋਇਆ ਉਹਦਾ ਤੇ ਕੋਈ ਕਸੂਰ ਨਹੀਂ ਵਿਚਾਰੀ ਦਾ। ਤੇ ਇਹਦਾ ਵੀ ਕੀ ਕਸੂਰ ਹੈ ਤਾਰੋ? ਉਹ ਕਿਹੜਾ ਕਿਸੇ ਨੂੰ ਕੁਝ ਕਹਿੰਦੀ ਹੈ, ਮੈਂ ਤਾਂ ਉਹਨੂੰ ਜਦੋਂ ਦੇਖਦੀ ਹਾਂ ਉਹ ਕੰਮ ਹੀ ਕਰਦੀ ਰਹਿੰਦੀ ਹੈ ਵਿਚਾਰੀ, 24 ਘੰਟੇ ਕੰਮ ਕਰਦੀ ਆ। ਦੇਖ ਤਾਰੋ, ਅਸੀਂ ਪਹਿਲਾਂ ਵੀ ਬੇਬੇ ਦੇ ਹੱਥ ਤੈਨੂੰ 50,000 ਰੁਪਇਆ ਭੇਜਿਆ ਸੀ, ਚੱਲ ਤੂੰ ਮੰਨੀ ਨੀ, ਹੁਣ ਅਸੀਂ ਤੈਨੂੰ 75,000 ਰੁਪਇਆ ਦੇ ਦਾਂਗੇ, ਪਰ ਸਾਡੇ ਘਰ 'ਚ ਦਖਲ ਅੰਦਾਜ਼ੀ ਨਾ ਕਰੀ। ਗੱਲ ਸੁਣ ਲੈ ਭੈਣੇ ਮੇਰੀ, 50,000 ਮੈਨੂੰ ਦੇਣ ਨੂੰ ਤਿਆਰ ਸੀ ਬੀਬੀ, ਮੇਰੀ ਨੀ ਮੰਨਦੀ ਜੁੱਤੀ, ਮੇਰੇ ਤੇ ਜੁੱਤੀ ਦੇ ਯਾਦ ਨਹੀਂ ਆਇਆ ਜੋ 50,000। ਮੈਂ ਚੱਲੀ ਆ ਤੇ ਨਾਲੇ ਹੁਣ ਤੇ ਮੈਂ ਸਰਪੰਚ ਦੀ ਸ਼ਿਕਾਇਤ ਕੀਤੀ ਸੀ ਤੇ ਮੈਂ ਸਿੱਧਾ ਥਾਣੇ ਜਾਵਾਂਗੀ। ਤੁਸੀਂ ਉਹਨੂੰ ਵਿਚਾਰੇ ਨੂੰ ਤੰਗ ਕਰ ਰੱਖਿਆ, ਤੁਸੀਂ ਇਨਸਾਨ ਥੋੜੀ ਹੋ, ਰਾਕਸ਼ਸ਼ ਹੋ ਰਾਕਸ਼ਸ਼, ਸ਼ਰਮ ਆ ਜਾਈ ਨਹੀਂ ਆਈ ਤੁਹਾਨੂੰ ਲੋਕਾਂ ਨੂੰ?